सब्सक्राइब कीजिए गोल्डन पिक्चर्स को, बेल आइकॉन का बटन जरूर दबाइए लेटेस्ट वीडियो देखने के लिए। ओ बड़ा काम ने सेंटर ले था। हां जगराज है मुंडा, मैं जगराज दा सम्मान जितेंद्र गल कनेडा वालों माल पेपर नाल जे मैच है दता क्रिकेट ते की दा मैच बोले ते नहीं कोई अगले टूर्नामेंट ते ਲਾਪਰੀ ਦਾ। ਹਾਂਜੀ ਹਾਂਜੀ ਵੀਰੇ, ਤੇਰੀ ਕਿਹੜੀ ਟੀਮ ਹੈ? ਇਹਦੀ ਕਿਹੜੀ ਟੀਮ ਹੈ? ਇੰਦਰ ਗੱਲ ਵੀਰੇ, ਜੀਤ ਕਲੱਬ ਆਰੂਪਰੇ ਦੀ ਟੀਮ ਤੇ ਗੁੱਜਰ ਵਾਲੇ ਮੈਚ ਹੈ ਜੀ, ਤਿੰਨ ਚ ਪਹਿਲਾਂ ਹੀ ਆ ਜਾਓ ਟੀਮਾਂ। ਚਲੋ ਜੀ ਪਹੁੰਚੋ ਤੁਸੀਂ ਟਾਈਮ ਨਾਲ ਮੇਰੇ ਵੀਰ, ਇਹ ਮੈਚ ਖੇਡਣਾ ਤੋਂ ਵੀਰ ਜੀ। ਇੰਦਰ ਗੱਲ ਬਾਬਾ ਧੰਨਵਾਦ, ਬਣ ਕੇ ਆ ਰਹੇ ਪਲੇਅਰਾਂ ਨੂੰ ਨਹੀਂ ਜਾਣਾ ਕਿਤੇ, ਤੁਸੀਂ ਇੱਧਰ ਦੋ ਚੱਕਲਾ ਖੇਡ ਲਓ, ਇੱਧਰ ਵੀ ਸਾਈਡਾ ਚੇਂਜ ਆ। ਬਾਬਾ ਧੰਨਵਾਦ, ਥੈਂਕ ਯੂ। ਨਰਿੰਦਰ ਹਾਂਜੀ ਹਾਂਜੀ ਆਇਆ ਵੀਰੇ, ਆਇਆ ਸਾਰੇ ਆਇਆ। ਨਰਿੰਦਰ ਡਾਗਲਾ ਵਧੀਆ ਵਧੀਆ ਬਾਈ, ਜਤਿੰਦਰ ਕਨੇਡਾ ਹਨੀ ਦਾ ਸਨਮਾਨ ਕਰਾਂਗੇ, ਜੇਕਰ ਆਹ ਮੈਚ ਜਿਤਾਉਂਦਾ ਆਪਣੀ ਟੀਮ ਨੂੰ ਹਨੀ ਮਾਗੜ ਦਾ ਸਨਮਾਨ ਕੀਤਾ ਜਾਣਾ ਹੈ। ਜਗਰਾਜ ਜੀਤ ਕਲੱਬ ਆਲਮਪੁਰੇ ਦੀ ਟੀਮ ਤੇ ਗੁਜਰਾਲ ਕਮਲ ਜਗਰਾਜ ਦਾ, ਜਗਰਾਜ ਦਾ, ਜਗਰਾਜ ਦਾ, ਹਨੀ ਦਾ ਨੀ ਕਹਿ ਤੈਨੂੰ, ਜਗਰਾਜ ਦਾ ਕਹਿ ਦੇ, ਤੂੰ ਬੋਲ ਮਾਰ ਦੇ ਜਗਰਾਜ ਦਾ। ਟਿਕਟਾਂ ਇੱਕ ਪਾਸੇ ਮੁੰਡਾ ਇਸ ਇਲਾਕੇ ਦਾ, ਕਹਿੰਦੇ ਆਉਣ ਵਾਲੇ ਟਾਈਮ ਦਾ ਇੱਕ ਬੜੀ ਵੱਡੀ ਕਿਤੇ ਮਿਹਨਤ ਮੁਸ਼ਕਤ ਹੈ। ਜਤਿੰਦਰ ਕਨੇਡਾ ਵਰਗੇ ਭਰਾ ਰਹੇ ਹਨੀ ਮਾਗੜ ਜੇ ਮੈਚ ਜਿੰਦਾ ਤੇ ਕਹਿੰਦੇ ਸਨਮਾਨ ਕੀਤਾ ਵਿਸ਼ੇ ਤੌਰ ਤੇ ਸਨਮਾਨ ਹੋਣਗੇ। ਅਮਨ ਕਾਪੀ ਦੇ ਕੇ ਦੇਖੀ ਕੌਣ ਜਿੱਤਿਆ ਖਬਰੇ, ਅਮਨ ਹੁਣ ਜਨ ਸੱਜੇ ਪਾਸੇ ਕਾਪੀ ਪੰਜੇਟਾ ਸੁੱਖ ਦੀ ਟੀਮ ਦੇ ਖਿਡਾਰੀ ਅੱਗੇ ਮੈਚ ਕਰਾਂਗੇ ਜਾਣਗੇ, ਇੱਕ ਮਿੰਟ ਦਾ ਟਾਈਮ ਨਹੀਂ ਵੀਰੇ। ਕਮਲ ਵੱਡੇ ਵੀਰ ਭੇਜਾਂਗੇ ਗੁੱਜਰਵਾਲ ਤੇ ਜੀਤ ਕਲੱਬ ਆਦਮਪੁਰ ਦਾ ਮੈਚ ਹੈ, ਤੇਰਾ ਨੰਬਰ ਜੰਮੀ ਦੇ ਨਾਲ ਮੈਂ ਬੇਨਤੀ ਕਰਦਾ ਜੀ। ਵਧੀਆ ਵਧੀਆ ਪ੍ਰੇਮ ਚੰਦ ਜੀ ਸ਼ਾਲੂ ਕਰਕੇ ਆਏ ਆ ਜੀ ਮੁੰਡੇ, ਕੌਂਕਿਆਂ ਵਾਲੇ ਕੈਮਰੇ ਸਾਹਮਣੇ ਬੱਲੇ ਮੁੰਡਿਆ ਐਨ ਖੜਕੇ ਦੜਕੇ ਵੱਡੇ ਹੋਏ ਪਏ ਆ ਰਾਮਪੁਰ ਤੇ ਕੌਂਕੇ ਕਲਾਂ। ਨਾ ਵੀ ਨਾ ਗਾਲ ਨੀ ਸੁਣਿਆ, ਕੀ ਬਾਣ ਕਿੰਨੇ ਹੋ ਗਏ? 12 ਜੀ ਉਧਰ ਰਾਮਪੁਰੀਆਂ ਦੇ 12, ਕੈਮਰੇ ਸਾਹਮਣੇ 8 ਪੁਆਇੰਟ ਹੈ।
ਮੁੰਡੇ ਕੌਂਕਿਆਂ ਵਾਲੇ ਦਵਿੰਦਰ ਕਮਾਲ ਕਰ ਗਿਆ ਬੜਾ ਤਗੜਾ ਨੰਬਰ ਮੁੰਡੇ ਨੇ ਜੋੜਿਆ ਆਪਣੀ ਟੀਮ ਦੇ ਲਈ ਪਹਿਲੀ 19 ਹੋ ਗਏ ਪਿੰਡੇ 19 ਤੇ 14 ਜੀ ਆਓ ਜੀ ਭਣਿਆਰੀ ਬਾਗ ਦੀ ਤੇ ਖਾਲਸਾ ਕਲੱਬ ਜੀ ਇਹ ਟੀਮਾਂ ਇੱਕ ਨੰਬਰ ਗਰਾਊਂਡ ਦੇ ਨੇੜੇ ਆ ਜਾਓ ਭਣਿਆਰੀ ਬਾਗ ਦੀ ਤੇ ਖਾਲਸਾ ਕਲੱਬ ਜਸੀਰ ਹਾਂਜੀ ਹਾਂਜੀ ਵਧੀਆ ਵਧੀਆ ਵੀਰੇ ਕਰੀਓ ਕਰੀਓ ਸ਼ੇਅਰ ਕਰਾਂ ਸਾਰੇ ਜਣੇ ਖਿੱਚ ਕੇ ਅਜੇ ਕੌਂਕਿਆਂ ਵਾਲੇ ਖੜੇ ਆ ਮੁੰਡੇ ਖੱਟਾ ਪੂਰੇ ਦੋਵੇਂ ਪਾਸੋਂ ਟੀਮਾਂ ਪੁਆਇੰਟ ਲੱਗ ਗਿਆ ਜੀ ਕੌਂਕਿਆਂ ਦਾ ਜਸੀਰ ਵਧੀਆ ਵਧੀਆ ਵੀਰੇ ਨੱਥੂ ਵਾਲੀ ਆ ਪਿਆਦੇ ਕੁਝ ਪੁਆਇੰਟ ਇੱਕ ਹੋਰ ਲੱਗ ਗਿਆ ਕਿਉਂਕਿ ਖਲਾਂ ਸਤਿ ਸ਼੍ਰੀ ਅਕਾਲ ਜੀ ਕੋਈ ਗੱਲ ਨਹੀਂ ਕੋਈ ਗੱਲ ਥੈਂਕ ਯੂ ਹੋਰ ਠੀਕ ਹੋ ਪਿੰਡ ਆਪਣਾ ਵੀਰੇ ਕਿਹੜਾ ਮੰਗਲੀ ਵਾਲਾ ਮੈਂ ਕਹਿ ਜਾਗ ਜੋ ਖੇਲ ਲਿਆ ਕਰੋ ਬਾਲੀ ਵਾਲਾ ਕਹਿ ਦਿਆ ਕਰੋ ਮਾੜਾ ਜਿਹਾ ਨਹੀਂ ਨਹੀਂ ਜ਼ਰੂਰ ਵੀਰੇ ਚਲਾਓ ਮੈਂ 3 ਨੰਬਰ ਗਰਾਊਂਡ 'ਚ ਬਾਈ ਜੀ ਰੈਫਰੀ ਆ ਗਿਆ 3 ਵੀਰੇ ਲਓ ਜੀ ਫਾਇਰ ਬਰਾਡ ਥੈਂਕ ਯੂ ਕਮਲ ਬਾਈ ਸੋਲਾ ਜੀ ਮੈਂ ਜਲਦੀ ਨਾਲ 3 ਨੰਬਰ ਗਰਾਊਂਡ ਤੇ ਟੀਮਾਂ ਵੀ ਖੜੀਆਂ ਰੈਫਰੀ ਵੀ ਆ ਗਿਆ ਮੈਚ ਦੀ ਜਿਹੜੀ ਸ਼ੁਰੂਆਤ ਕਰਦੀ ਹੈ ਜਲਦੀ ਨਾਲ ਮੇਰੇ ਵੀਰ ਬਣ ਕੇ ਜਲਦੀ ਚਲਾ ਦਿਓ ਮੈਚ ਮਿਹਰਬਾਨੀ ਖਾਲਸਾ ਕਲੱਬ ਦੀ ਟੀਮ ਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਭਣਿਆਰੀ ਬਾਗੜੀ ਲਾਲਚੰਦ ਫੌਜੀ ਬਹੁਤ ਬਹੁਤ ਧੰਨਵਾਦ ਖਾਲਸਾ ਕਲੱਬ ਤੇ ਭਣਿਆਰੀ ਬਾਗੜੀ ਬਾਬਾ ਦੀਪ ਸਿੰਘ ਕਲੱਬ ਦੇ ਖਿਡਾਰੀ ਜਿਹੜੇ 1 ਨੰਬਰ ਦੇ ਨੇੜੇ ਆ ਜਾਓ 2 ਨੰਬਰ 'ਚ ਲੋਪੋ ਤੇ ਲੋਹਾਰੇ ਦੀਆਂ ਟੀਮਾਂ ਤੇ ਤੋਂ ਬਾਅਦ ਰੈਡੀ ਰਹਿਣਾ 3 ਲਾਲਚੰਦ ਫੌਜੀ ਵਧੀਆ ਵਧੀਆ ਵੀਰੇ ਉੱਪਰਲਾ ਕਮਲ ਤੇ ਖੰਜਰਵਾਲ ਆਊਟ ਬਾਲ ਆਊਟ ਬਾਲ ਇਹ ਟੀਮਾਂ 3 ਨੰਬਰ ਦੇ ਨੇੜੇ ਆ ਜਾਣ ਉੱਪਰਲਾ ਕਮਲ ਦੀ ਟੀਮ ਤੇ ਖੰਜਰਵਾਲ 3 ਨੰਬਰ ਗਰਾਊਂਡ ਲੋਪੋ ਤੇ ਰਹਾ 2 ਨੰਬਰ ਤੇ ਉਸ ਤੋਂ ਬਾਅਦ 3 ਨੰਬਰ 4 ਨੰਬਰ ਕਿਹੜਾ ਮੈਚ ਹੈ ਉੱਪਰਲਾ ਜਸ਼ਨ ਦੀ ਟੀਮ ਤੇ ਤਲਵੰਡੀ ਸਾਬੋ ਦੇ ਖਿਡਾਰੀ ਜਿਹੜੇ ਇਹ 4 ਨੰਬਰ ਦੇ ਨੇੜੇ ਰਹਿਣਗੇ ਅੱਜ ਤੇ ਉੱਪਰਲਾ ਵਾਲੇ ਮੁੰਡੇ ਵੀ ਵੱਡੀਆਂ ਟੀਮਾਂ ਬਣਾ ਕੇ ਲੈ ਕੇ ਆਏ ਇਲਾਕੇ ਦਾ ਮੇਲਾ ਹੈ 1 ਨੰਬਰ ਤੇ ਖਾਲਸਾ ਕਲੱਬ ਤੇ ਭਣਿਆਰੀ ਬਾਗੜੀ ਦੇ ਖਿਡਾਰੀ ਤੇ ਟੀਮਾਂ ਤਿਆਰ ਰਹਿ ਹਾਂਜੀ 2 ਨੰਬਰ ਗਰਾਊਂਡ ਸਜਨ ਸੋਨੀ ਵਧੀਆ ਵਧੀਆ ਵੀਰੇ ਲੋਪੋ ਤੇ ਲੋਹਾਰੇ ਦਾ ਮੈਚ ਹੈ 3 ਨੰਬਰ ਗਰਾਊਂਡ ਚੁੱਪਲਾ ਕਮਲ ਬਾਈ ਦੀ ਟੀਮ ਤੇ ਖੰਜਰਵਾਲ ਦੇ ਖਿਡਾਰੀ ਜਿਹੜੇ ਤੇ 3 ਨੰਬਰ ਦੇ ਨੇੜੇ ਆ ਜਾਣ ਤੇ 4 ਨੰਬਰ ਗਰਾਊਂਡ ਉੱਪਲਾ ਜਸ਼ਨ ਪਹਿਲਾ ਰਾਊਂਡ ਗੱਲਾਂ ਬਾਤਾਂ ਟਿਕਾਣੇ ਲੱਗਣਗੀਆਂ ਜਿਹੜੇ ਇਸ ਤੋਂ ਬਾਅਦ ਵਾਲੇ ਪਹਿਲਾ ਰਾਊਂਡ ਆ ਗਏ ਤੇ ਟੀਮਾਂ ਰੈਡੀ ਰਹਿਣਗੀਆਂ ਇਧਰ 2 ਨੰਬਰ ਗਰਾਊਂਡ 'ਚ ਵੀ ਬਹੁਤ ਸੋਹਣਾ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਲੈ ਵੀ ਦੱਸੀ ਲੁੱਡੀ ਕਿੰਨੇ ਕਿੰਨੇ ਪੁਆਇੰਟ ਇਧਰ 16 ਰਾਮਪੁਰ ਵਾਲਿਆਂ ਦੇ 11 ਲਾਲਚੰਦ ਕਮੋਜੀ ਕੌਂਕਿਆਂ ਦੀ ਟੀਮ ਹੈ ਆਇਆ ਆਇਆ ਸਾਰੇ ਟੱਕਰਾ ਇੱਕਾ ਮਾਨ ਨੰਬਰ ਲੈਦਾ ਵੀ ਸਤਾਰਵਾਂ ਜੁੜ ਗਿਆ ਹੈ ਇੱਕਾ ਮਾਨ ਇੱਕ ਪਾਸੇ ਕਿਤੇ ਰਾਮਪੁਰ ਪਿੰਡਾਂ ਮੁੰਡਿਆਂ ਦਾ ਹਰ ਹਰ ਸਾਲ ਕਹਿੰਦੇ 28 ਨਵੰਬਰ ਵੱਡੀ ਰਾਊਂਡ 'ਚ ਲੱਗਦੀ ਹੈ ਮੁੰਡਾ ਹਣੀ ਵਰਗੇ
ਬਾਹਰ ਕਾਲੇ ਚਾਚੇ ਵਰਗੇ ਸੱਦੇ ਦਿੰਦੇ ਆ, ਦਬਣੇ ਵਰਗੇ ਵੀਰ ਆ ਛੋਟੇ, ਬਾਹਰ ਗੱਲਾਂ ਕਹਿੰਦੇ ਹੁੰਦੀਆਂ ਨੇ। ਇਧਰਲੇ ਪਾਸੇ ਤਿਆਰ ਹੈ ਹਣੀ ਰਾਮਪੁਰੀ ਆ ਮੁੰਡਾ, ਉਧਰ ਕੌਂਕੇ ਪੈਂਦਾ ਕਹਿੰਦੇ ਜਗਰਾਓ ਦਾ ਇਲਾਕਾ ਪੈਂਦਾ ਹੈ, ਜ਼ਿਲ੍ਹੇ ਲੁਧਿਆਣੇ ਦੇ ਬੜੇ ਮਸ਼ਹੂਰ ਪਿੰਡਾਂ 'ਚ ਨਾਮ ਹੈ ਸਰਦਾਰ ਸ਼ਾਹ ਸਿੰਘ ਅਟਾਰੀ ਦਾ। ਕਹਿੰਦੇ ਵੱਡਾ ਇਤਿਹਾਸ ਬੋਲਦਾ ਜਦੋਂ ਕੌਂਕਿਆਂ ਦੀ ਗੱਲ ਚੱਲਦੀ ਹੈ ਤੇ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਿਆਂ ਦਾ ਜ਼ਿਕਰ ਹੁੰਦਾ ਹੈ। ਇੱਕ ਨੰਬਰ ਦਾ ਲੱਗਦਾ ਵੀ ਰੌਲਾ ਰੱਪਾ ਨਿਬੜ ਗਿਆ ਹੈ, ਲੈ ਵੀ ਲੱਕੀ ਤੁਲਸੀ ਆ ਬਾਣੀਏ ਨੂੰ ਮਿਲ ਜੀ ਜਾਂਦਾ ਜਾਂਦਾ ਹੈ। ਪਰ ਹਾਲ ਚਾਲ ਇੱਕ ਨੰਬਰ ਦਾ ਸਮਾਪਤ ਹੈ ਜੀ, ਦੀਪ ਸਿੰਘ ਵਾਲੇ ਦੀ ਟੀਮ ਜਿੱਤ ਗਈ ਹੈ। ਹਵਾ ਵਾਲਾ ਪੰਪ ਚਾਹੀਦਾ, ਹਵਾ ਵਾਲਾ ਪੰਪ ਵੀਰੇ ਤਿੰਨ ਨੰਬਰ ਗਰਾਊਂਡ 'ਚ ਪਹੁੰਚਦਾ ਕਰ ਦਿਓ ਜੀ। ਉਹ ਆ ਗਿਆ, ਪਹਿਲੀ ਆਇਆ ਜੱਸੇ ਉਹ ਬੱਲੇ ਹਨੀ ਏ ਰਾਮਪ੍ਰਿਆ, ਵਾਹ ਉਹ ਮੁੰਡਿਆ ਇੱਥੇ ਰੱਖ ਦੀਪ ਸਿੰਘ ਵਾਲਾ, ਗੁੱਡ ਯਾਰ, ਬਹੁਤ ਸੋਹਣਾ ਖੇਡੇ ਮੁੰਡਿਓ ਨਿੱਕਾ ਮਾਨ। ਹਾਂਜੀ ਵੀਰੇ, ਜਗ੍ਹਾ ਹੈਗੀ ਜਸਪਾਲ ਵਾਂਗਰ ਵੀਰੇ, ਪਵਿੱਤਰ ਵਧੀਆ ਵਧੀਆ ਬਾਈ, ਕੀ ਪੁੱਛਿਆ ਪਵਿੱਤਰ, ਦੁਬਾਰੇ ਕਰੀ ਕਮੈਂਟ ਬਾਈ। ਸਤਨਾਮ ਸਿੰਘ, ਯਾਦਵਿੰਦਰ ਯਾਦੂ, ਸ਼ਾਲੂ ਵਰਗੇ ਆਏ ਆ, ਸੁੱਖੂ ਵਰਗੇ ਸਾਰੇ ਆਏ ਆ ਬਾਈ, ਸੰਦੀਪ ਧਾਲੀਵਾਲ, ਜਤਿੰਦਰ ਗਿੱਲ, ਰਣਜੀਤ ਭਨਿਆਰੀ ਬਾੜੀ ਜਾ ਬਾਈ, ਜਤਿੰਦਰ ਬਾਈ ਸੰਦੀਪ ਧਾਲੀਵਾਲ, ਵਧੀਆ ਵਧੀਆ ਬਾਈ। ਓ ਵਾਹ ਕੌਂਕਿਆਂ ਵਾਲਿਓ, ਜਿੰਦਰ ਵਧੀਆ ਵਧੀਆ ਬਾਈ, ਥੈਂਕ ਯੂ। ਸਰ ਨੂੰ ਆਉਂਦੀ ਆ ਕਹਿੰਦੇ ਜਿੱਤ ਗਏ ਮੁੰਡੇ ਰਾਮਪੁਰ ਵਾਲੇ, ਬਹੁਤ ਸੋਹਣਾ ਖੇਡੀਆਂ ਦੋਵੇਂ ਟੀਮਾਂ, ਕੌਂਕੇ ਦੇ ਰਾਮਪੁਰ, ਧਾਲੀਵਾਲ ਰਮਨ, ਵਧੀਆ ਵਧੀਆ ਜੀ। ਵੇਖ ਕੇ ਮੁੰਡਾ ਬਚਾ ਕੇ ਉਧਰ ਸਾਈਕਲਾਂ ਦੀ ਪਰਚੀ ਹੈ 50 ਰੁਪਈਆਂ ਦੀ ਹੈ ਜੀ, ਜੇ ਕਿਸੇ ਵੀਰ ਭਰਾ ਨੇ ਪਰਚੀ ਪਾਉਣੀ ਹੈ ਵੀਰ ਜੀ ਆ ਜਾਓ ਸਟੇਜ ਤੇ, 50 ਰੁਪਈਆਂ ਦੀ ਪਰਚੀ, ਕਹਿੰਦੇ ਲੱਕੀ ਡਰਾ ਚੋ ਭਰਾ ਆਪਣੇ, ਕਹਿੰਦੇ ਵੀ ਸਾਈਕਲ ਕੱਢਿਆ ਜਾਣਾ, ਹੁਣ ਸਾਂਭੋ ਮੁੰਡਿਓ, ਪਹਿਲਾ ਸਾਈਕਲ ਹੈ, ਹੁਣ ਚੱਕੋ ਫੋਨ ਚੱਕੋ, ਦੂਜਾ ਡਿਨਰ ਸੈੱਟ ਤੇ ਤੀਜੇ ਨੰਬਰ ਤੇ ਪ੍ਰੈਸ ਹੈ ਜੀ। ਪਹਿਲੇ ਨੰਬਰ ਤੇ ਜਿਹੜੀ ਪਰਚੀ ਹੈ ਸਾਈਕਲ ਹੈ ਫਸਟ ਪ੍ਰਾਈਜ਼, ਤੇ ਦੂਜਾ ਲੱਕੀ ਡਿਨਰ ਸੈੱਟ ਹੈ, ਜ਼ਰੂਰ ਕਿਸਮਤ ਜਮਾ ਲੈ ਜੇ ਡਿਨਰ ਸੈੱਟ ਆ ਗਿਆ। ਜਿੱਤ ਗਏ ਮੁੰਡੇ ਰਾਮਪੁਰ ਵਾਲੇ, ਵੀਰ ਪਰਿਵਾਰ ਦੇ ਬਸ ਸਿੱਧੂ ਆਦਮਰੇ ਆਦਮਰੇ ਸੋਨੀ ਮਾਨ, ਚੁੱਕਾਂ ਦਾ ਕਰਾਂਗੇ ਅਪਡੇਟ ਵੀਰੇ, ਵਾਲਾ ਮੇਰਾ ਵੀਰ, ਚੁੱਕਾਂ ਦਾ ਅਪਡੇਟ ਕਰਾਂਗੇ, ਲੱਕੀ ਡਰਾ ਕੱਢਿਆ ਜਾਣਾ, ਆ ਮੈਚ ਵੀ ਸੋਹਣਾ ਲੱਗਣਾ। ਦੋ ਨੰਬਰ ਗਰਾਊਂਡ ਤੇ ਰਾਮਪੁਰੀ ਜਿੱਤ ਗਏ, ਰੈਫਰੀ ਲਾ ਦੇਣ, ਆਓ ਜਲਦੀ ਨਾਲ ਲੋਕਾਂ ਦੇ ਲਹਾਰੇ ਦੀਆਂ ਟੀਮਾਂ ਜਿਹੜੀਆਂ ਦੋ ਨੰਬਰ ਗਰਾਊਂਡ 'ਚ ਆ ਜਾਣ। ਧਾਲੀਵਾਲ ਰਮਨ, ਲਹਾਰਾ ਆ ਗਈਆਂ ਜੀ ਟੀਮਾਂ, ਲੋਕੋ ਤੇ ਲਹਾਰਾ, ਇੱਕ ਨੰਬਰ ਗਰਾਊਂਡ 'ਚ ਭਨਿਆਰੀ ਬਾਗੜੀ ਤੇ ਖਾਲਸਾ ਕਲੱਬ, ਮੇਰੇ ਚਲਾਓ ਮੈਚ ਇੱਕ ਨੰਬਰ ਦਾ ਦੀਪ ਸਿੰਘ ਦਾ ਰੈਫਰੀ ਬਾਈ ਜੀ, ਦੀਪ ਸਿੰਘ ਵਾਲੇ ਦੀ ਟੀਮ ਜਿੱਤੀ, ਇੱਕ ਰੈਫਰੀ ਆ ਜਾਓ, ਬਲ ਆ ਜੇ ਬਿੰਦੂ ਵਾਲੇ ਦਾ, ਕਾਲਾ ਆ ਜੇ ਕੋਈ ਇੱਕ ਵੀਰ ਰੈਫਰੀ ਜਿਹੜਾ, ਇੱਕ ਨੰਬਰ ਗਰਾਊਂਡ 'ਚ ਆ ਜਾਵੇ ਜਲਦੀ ਨਾਲ ਦੀਪ ਸਿੰਘ ਵਾਲੇ ਪਿੰਡ ਦਾ। ਖਾਲਸਾ ਕਲੱਬ ਦੀ ਟੀਮ ਕਿੱਥੇ ਜੀ, ਖਾਲਸਾ ਕਲੱਬ ਵਾਲੇ ਮੁੰਡੇ ਆਪਣਾ ਸਾਫ ਕਰ ਲਿਆ ਮਾੜਾ ਯਾਰ, ਇੱਕ ਮਿੰਟ ਰੁਕੋ ਮੇਰੇ, ਖਾਲਸਾ ਕਲੱਬ ਦੀ ਟੀਮ ਹੈਗੀ ਹੈ, ਇੱਕ ਮਿੰਟ ਰੁਕ ਜਾ ਮਾੜਾ ਯਾਰ, ਹੱਥ ਖੜਾ ਕਰ ਦਿਓ ਜੀ, ਆ ਗਏ ਖਾਲਸਾ ਕਲੱਬ ਵਾਲੇ, ਆ ਗਏ ਆ ਖੜੇ ਆ ਗਰਾਊਂਡ 'ਚ,
ਰੈਫਰੀ ਆਓ ਇੱਕ ਦੀਪ ਸਿੰਘ ਵਾਲੇ ਦਾ, ਦੋ ਨੰਬਰ ਤੇ ਲੋਕੋ ਦੀ ਟੀਮ ਹੱਥ ਚੱਕ ਦੋ, ਲੋਕੋ ਵਾਲੇ ਮੁੰਡੇ ਜੇ ਆ ਗਏ ਨੇ, ਲਹਾਰੇ ਦੀ ਟੀਮ ਹੈ ਜੀ, ਇੱਕ ਮਿੰਟ ਦਾ ਇੰਤਜ਼ਾਰ ਹੈ, ਲਹਾਰੇ ਵਾਲੇ ਮੁੰਡੇ, ਲਹਾਰੇ ਵਾਲੇ ਆਓ ਭੱਜ ਗਏ, ਲੋਕੋ ਤੇ ਲਹਾਰਾ ਇੱਕ ਮਿੰਟ ਜਲਦੀ ਦੋ ਨੰਬਰ ਗਰਾਊਂਡ 'ਚ ਆ ਜਾਣ ਟੀਮਾਂ, ਹਾਂਜੀ ਹਾਂਜੀ ਬਾਈ ਇੱਕ ਮਿੰਟ ਰੁਕ ਜਾਓ ਮਾੜਾ ਜਿਹਾ, ਕਰ ਲਗੇ ਸਾਡੇ ਖਾਲਸਾ ਕਲੱਬ ਉਹ ਖੜੇ, ਤੁਸੀਂ ਡਾਂਸ ਕਰੋ ਇੱਕ ਵਾਰੀ, ਛੱਡ ਦੇ ਬਾਈ ਕਿਹੜੀ ਟੀਮ ਹੈ ਵੀ ਹੱਥ ਚੱਕਤਾ ਯਾਰ ਦੱਸੋ ਬਾਈ ਯਾਰ, ਫਿਰ ਖਾਲਸਾ ਕਲੱਬ ਹੈ ਨੀ, ਖਾਲਸਾ ਕਲੱਬ ਵਾਲੇ ਤੋਂ ਬਾਅਦ ਟੀਮ ਕੱਟੀ ਜਾਣੀ ਹੈ, ਰਾਜਨ ਹਾਂਡਾ ਵਧੀਆ ਵਧੀਆ ਵੀਰੇ ਗਰਾਊਂਡ ਦੇ ਅੰਦਰ ਨਾ ਕੋਈ ਜਾਵੇ, ਅੱਛਾ ਵੀਰੇ ਪਾਣੀ ਵੀ ਨੀ ਜਾਂਦੇ ਅੰਦਰ, ਵੀਰੇ ਪਾਣੀ ਵਾਲੀ ਟੈਂਕੀ ਅੰਦਰ ਹੈਗੀ ਆ, ਤਰਸੇਵ ਹੈਗਾ ਪਾਣੀ ਲਈ, ਗੰਡਾ ਹੀ ਟਕਰੋ ਉਹਦੇ ਨਾਲ, ਸਕੂਲ ਅੰਦਰ ਨਾ ਜਾਓ ਵੀਰ ਕੋਈ, ਪਾਣੀ ਪੀਣ ਜਿਹੜੇ ਵੀਰ ਜਾਂਦੇ ਸਕੂਲ ਚ ਉਧਰ ਨਾ ਜਾਓ ਜੀ, ਟੈਂਕੀ ਹੈਗੀ ਆ ਪਾਣੀ ਵਾਲੀ, ਨੱਤੂ ਵਾਲੀ ਆ, ਤਰਸੇਵ ਵੀ ਕਿਸੇ ਵੀਰ ਨੇ ਪਾਣੀ ਪੀਣਾ ਤੇ ਸਕੂਲ ਨੀ ਜਾਣਾ, ਖਾਲਸਾ ਕਲੱਬ ਦੀ ਟੀਮ ਕੱਟਣ ਲੱਗੇ ਆ, ਭਰਿਆਲੀ ਬਾਗ ਦੀ ਖੜੀ ਆ ਗਰਾਊਂਡ ਚ, ਦੋ ਨੰਬਰ ਗਰਾਊਂਡ ਲੋਕੋ ਦੇ ਲਹਾਰਾ, ਖੰਜਰਵਾਲ ਤੇ ਉੱਪਰਾਂ ਕਮਲ ਤੁਸੀਂ ਆ ਜਾਓ ਇੱਕ ਚ ਵੀਰੋ, ਖੰਜਰਵਾਲ ਤੇ ਉਪਲਾ ਕਮਲ ਆ ਜਾਓ ਇੱਕ ਨੰਬਰ ਵਾਲੇ ਪਾਸੇ ਟੀਮਾਂ, ਭਰਿਆਰੀ ਬਾਗੜੀ ਦੀ ਟੀਮ ਜਿਹੜੀ ਜੇਤੂ ਹੈ ਜੀ, ਖਾਲਸਾ ਕਲੱਬ ਵਾਲੇ ਮੁੰਡੇ ਨਹੀਂ ਆਏ, ਲੈ ਬਾਗੜੀ ਇੱਕ ਰੈਫਰੀ ਲਾ ਦੀ, ਹਰਜੋਤ ਬਰਾੜਾ ਵਧੀਆ ਵਧੀਆ ਹਰਜੋਤ, ਉਪਲਾ ਕਮਲ ਦੀ ਟੀਮ ਤੇ ਖੰਜਰਵਾਲ ਇੱਕ ਨੰਬਰ ਤੇ ਆ ਜਾਓ ਦੋਵੇਂ ਟੀਮਾਂ, ਆ ਮੈਚ ਨੇ ਵੀ ਐ ਧੂੜਾਂ ਪੱਟਣੀਆਂ ਪੂਰੀਆਂ ਮੁੰਡਿਓ, ਲੋਪੋ ਦਾ ਮੈਚ ਕਿਹਦੇ ਨਾਲ ਹੈ, ਖੰਜਰ ਵਾਲੀ ਆ ਕਾਲਾ ਗਿਆ ਦੀ ਪਰਚੀ ਕੱਟ ਦੋ 50 ਵਾਲੀ ਵੀਰ ਜੀ, ਆ ਬੈਠਾ ਮੁੰਡਾ, ਲੈ ਵੀ ਕਾਲੇ 50 ਰੁਪਏ ਜਮਾ ਕਰਾ ਦੇ, ਸ਼ਬਾਜ ਹਾਂਜੀ ਸ਼ਬਾਜ ਹਾਂਜੀ, ਆ ਚਲਾਈ ਮੈਚ, ਹਾਂਜੀ ਹਾਂਜੀ ਜ਼ਰੂਰ ਜ਼ਰੂਰ, ਵੀਰੇ ਟੀਮਾਂ ਆ ਗਈਆਂ ਦੋਵੇਂ, ਰੈਫਰੀ ਆ ਗਿਆ, ਰੈਫਰੀ ਸਾਹਿਬ ਚਲਾ ਦੋ ਮੈਚ ਜਲਦੀ, ਆ ਮੈਚ ਵੀ ਨਜ਼ਾਰੇ ਪੂਰੇ ਆਉਣੇ, ਜਸਪ੍ਰੀਤ ਭੰਗੂ ਹਰਜੋਤ ਬਰਾੜ ਮੈਚ ਚਲਾ ਲੀਦਾ, ਟੀਮਾਂ ਖੜੀਆਂ ਦੋਵੇਂ, 28 ਨਵੰਬਰ ਦਾ ਟੂਰਨਾਮੈਂਟ ਹੋਣਾ ਜੀ ਰਾਮਪੁਰ, 52 ਤੇ 31,000 ਨਾਮ ਨੇ, ਤੇ ਨਰੋਲ ਦਾ ਟੂਰਨਾਮੈਂਟ ਖੇਡਿਆ ਜਾਣਾ, ਇੱਥੇ ਰੱਖ ਪਿੰਡ ਵਾਰ ਦੀਆਂ ਟੀਮਾਂ ਖੇਡਣ ਗਈਆਂ, 52,000 ਪਹਿਲਾ ਨਾਮ, 31 ਦੂਜਾ, 28 ਨਵੰਬਰ ਰਾਮਪੁਰ ਦੀ ਧਰਤੀ ਦੇ ਰੌਣਕਾਂ ਨੇ, ਤੇ 26 ਅਕਤੂਬਰ ਜਿਹੜੀ ਆਉਣ ਵਾਲੀ 26 ਤਰੀਕ ਮੇਰੇ ਮਿੱਤਰੋ ਭੈਣੀ ਸਾਹਿਬ ਦਾ ਕਹਿੰਦੇ ਵੱਡਾ ਕੱਪ ਖੇਡਿਆ ਜਾਣਾ ਹੈ, ਹਾਂਜੀ ਵੀਰੇ ਜੱਗੀ ਹਾਰ ਉਧਰਲੇ ਪਾਸੇ, ਸੁੱਖ ਵਰਗੇ ਭਰਾਵਾਂ ਦਾ ਕਹਿੰਦੇ ਮੇਰੇ ਮਿੱਤਰੋ ਪਿੰਡ ਹੈ, ਹਾਰ ਜੱਗੀ ਵਰਗੇ ਵੀਰ ਸਾਡੇ, 26 ਅਕਤੂਬਰ ਦੋ ਖਿਡਾਰੀ ਬਾਹਰ ਦੇ ਖੇਡ ਸਕਦੇ ਆ, ਭੈਣੀ ਸਾਹਿਬ ਆਇਆ ਹੋਇਆ, ਆਓ ਜੱਗੀ ਜੀ, ਜੱਗੀ ਨੂੰ ਦੱਸਿਆ ਨਾ ਕਾਲੇ ਨੇ, ਲੈ ਵੀ ਆਓ ਜਲਦੀ ਆ ਮੇਰੇ ਵੀਰ ਬਣ ਕੇ, ਚਲੋ ਵੀ ਚਲੋ ਜਿਹੜੀ ਕਰ ਰਹੀ ਹੈ ਪਲੇ ਪਲੇ ਆ ਗਈਆਂ ਦੋਵੇਂ, ਕਰੋ ਪਲੇ ਭਰਾ ਆਪਣਾ, ਪਿੰਦਰ ਵੀ ਆ ਗਿਆ, ਲੈ ਵੀ ਪਿੰਦਰਾ ਹੈਪੀ ਓਏ, ਵਰਿੰਦਰ ਵਧੀਆ ਵਧੀਆ ਬਾਈ ਦੀ ਟੀਮ ਆ ਗਈ, ਉੱਪਰ ਵਾਲੇ ਮੁੰਡੇ ਆ ਗਏ, ਖੜੀਆਂ ਦੋਵੇਂ ਟੀਮਾਂ, 3 ਨੰਬਰ ਤੇ ਉਧਰ ਵਰਿੰਦਰ, 3 ਨੰਬਰ ਨਾਲ ਦਾ ਨੈਟ, ਰੈਫਰੀ ਲਾਓ ਵੀ, ਲਾਈਵ ਅਜੇ ਚੱਲਿਆ ਨਹੀਂ ਮੈਨੂੰ ਲੱਗਦਾ, ਕਿਹੜਾ ਕੱਟਿਆ ਗਿਆ ਸੀ, ਚਲਾਉਂਦਾ ਮੁੰਡਾ ਲਾਈਵ
ਸੱਟਾ ਆਈਪੀਐਸ ਗੁਰਪ੍ਰੀਤ ਜਸਕੀਰਤ ਔਜਲਾ ਬਹੁਤ ਬਹੁਤ ਧੰਨਵਾਦ ਮੁੰਡੇ ਲੋਹਾਰੇ ਵਾਲੇ ਕੈਮਰੇ ਸਾਹਮਣੇ ਲੋਹਾਰੇ ਵਾਲੇ ਦੂਜੀ ਸਾਈਡ ਲੋਪੋ ਵਾਲੇ ਚਲ ਵੀ ਮੁੰਡਿਆ ਨਾਲ ਹੀ ਮੇਰੇ ਚਾਰ ਨੰਬਰ ਜਾਓ ਪਲਾ ਜਸ਼ਨ ਤੇ ਤਲਵੰਡੀ ਸਾਬੋ ਦੀਆਂ ਟੀਮਾਂ ਇਹਦੂ ਬਾਅਦ ਉਪਲਾ ਜਸ਼ਨ ਦੀ ਟੀਮ ਤੇ ਤਲਵੰਡੀ ਸਾਬੋ ਚਾਰ ਨੰਬਰ ਦੇ ਬਿਲਕੁਲ ਨੇੜੇ ਆ ਜਾਣ ਇਹ ਟੀਮਾਂ ਨੂੰ ਗੁਜ਼ਾਰਿਸ਼ ਹੈ ਭੈਰੋ ਮੰਨਾ ਪੰਮੇ ਦੀ ਟੀਮ ਹੈ ਇੱਕ ਪਾਸੇ ਨਗੋਰਾ ਬੀ ਭੈਰੋ ਮੰਨਾ ਵੇਲੀ ਤੇ ਰਾਈਆਂ ਇਹ ਮੈਚ ਮੈਨੂੰ ਲੱਗਦਾ ਰਹਿੰਦੇ ਹਾਲੇ ਇਹ ਟੀਮਾਂ ਵੀ ਰੈਡੀ ਰਹਿਣ ਤਿੰਨ ਤੇ ਚਾਰ ਨੰਬਰ ਗਰਾਊਂਡ ਦੇ ਨੇੜੇ ਆ ਜਾਣ ਭੈਰੋ ਬੰਦਾ ਵੈਲੀ ਤੇ ਰਾਈਆਂ ਡੰਗੋਰਾ ਵੀਹ ਤੇ ਭੈਰੋ ਬੰਦਾ ਪੰਮਾ ਉਹ ਮੈਨੂੰ ਕਹਿ ਕੇ ਗਿਆ ਉਧਰ ਬੂਟਾ ਜਾਣਾ ਜਾਣਾ ਗੋਲੀ ਦੇਣੇ ਵਾਲੀਆਂ ਜੇਕਰ ਗੋਲੀ ਸਿੱਧੂ ਆਇਆ ਨਹੀਂ ਪਤਾ ਕਿੰਨੀ ਤਰੀਕ ਦਾ ਟੂਰਨਾਮੈਂਟ ਆ ਯਾਰ ਭੋਜੋਲੀ ਜਾਣਾ ਜ਼ਰੂਰ ਹੈ ਬਹੁਤ ਸੋਹਣਾ ਖੇਡ ਰਿਹਾ ਟੀਮ ਖੋਖਰ ਭੋਜੋਲੀ ਕਿੰਨੀ ਤਰੀਕ ਦਾ ਟੂਰਨਾਮੈਂਟ ਆ ਗੋਲੀ ਔਰ ਮੇਰੇ ਮਿੱਤਰੋ ਕਮਾਲ ਹੋਈ ਬਈ ਫੋਨ ਤਾਂ ਉਹਦਾ ਆਇਆ ਪਿਆ ਯਾਰ ਪਾਸੇ ਮੁੰਡੇ ਕਹਿੰਦੇ ਖੋਖਰ ਵਾਲੇ ਖੇਡ ਰਹੇ ਆ ਔਰ ਐਨ ਕਹਿੰਦੇ ਵੱਡੀ ਟੀਮ ਬਣਾਈ ਫਿਰਦੇ ਮੁੰਡੇ ਮਾਨਸਾ ਜ਼ਿਲ੍ਹੇ ਦੀ ਟੀਮ ਹੈ ਬੂਟਾ ਤੇ ਦਰਸ਼ਾ ਜਿੰਨੀਆਂ ਬਾਲਾਂ ਸਿਰ ਨਾਲ ਮੋੜਦੇ ਆ ਤੇ ਮੇਰੇ ਮਿੱਤਰੋ 500 ਗੁਪਤ ਬਾਲ ਹੋਣੇ ਆ ਖੋਖਰ ਖੁਰਦ ਦੇ ਉਧਰੇ ਪਾਸੇ ਗਿੱਲ ਦੀ ਬੀ ਟੀਮ ਖੇਡ ਰਹੀ ਆ ਗਿੱਲ ਪਿੰਡ ਕੋਰੀਅਰ ਵਰਗੇ ਵੀਰਾਂ ਦਾ ਤੇ ਗਿੱਲਾਂ ਵਾਲੇ ਮੁੰਡੇ ਵੀ ਬਹੁਤ ਸੋਹਣੀ ਟੀਮ ਲੈ ਕੇ ਆਏ ਨੇ ਦੂਜੇ ਪਾਸੇ ਖੋਖਰ ਵਾਲੇ ਆ ਬਈ ਵਾਹ ਵਾਹ ਤਲਵੰਡੀ ਵਾਲਿਆ ਨਹੀਂ ਉੜੀਸਾ ਅਮਨ ਹੁੰਜਨ ਕਹਿੰਦਾ ਫੋਟੋ ਪਾਉਣੀ ਹੈ ਦੀਪ ਸਿੰਘ ਵਾਲੇ ਦੀ ਟੀਮ ਦਾ 500 ਰੁਪਈਆ ਸੀ ਬਾਈ ਸੋਨੂੰ ਕਨੇਡਾ ਦੇ ਵੱਲੋਂ ਜਿੱਤਣ ਤੇ ਉਹ ਟੀਮ ਜਿੱਤੀ ਆਪਣਾ 500 ਲੈ ਕੇ ਜਾਓ ਜੀ ਸੋਨੂੰ ਕਨੇਡਾ ਸਾਡਾ ਬਹੁਤ ਸਤਿਕਾਰ ਇੱਕ ਵੱਡਾ ਵੀਰ ਹੈ ਮੈਂ ਧੰਨਵਾਦ ਕਰਦਾ ਜਿਹਨੇ ਦੀਪ ਸਿੰਘ ਵਾਲੀ ਟੀਮ ਦਾ ਵੱਡਾ ਸੋਨੂੰ ਕਨੇਡਾ ਦੇ ਵੱਲੋਂ 500 ਰੁਪਈਆ ਦੀਪ ਸਿੰਘ ਵਾਲੇ ਦਾ ਪੈਂਡਿੰਗ ਹੈ ਉਹ ਮੁੰਡੇ ਸਟੇਜ ਤੇ ਆਏ ਓਕੇ ਓਕੇ ਜਤਿੰਦਰ ਗੱਲ ਬਾਈ 500 ਲੈ ਜਾਓ ਆ ਗਏ ਗਰਮੀ ਵਧੀਆ ਵਧੀਆ ਬਾਈ ਸਿੰਘ ਵਾਲੀਏ ਵੀਰ ਸਾਡੇ ਹੈਲੋ ਗਿਆਨੀ ਬਾਈ ਵਧੀਆ ਚਲਾ ਰਹੇ ਮੈਚ ਇੱਕ ਪਾਸੇ ਗੋਲੂ ਵਰਗੇ ਆ ਰਹੇ ਉੱਪਰ ਵਾਲੇ ਮੁੰਡੇ ਆ ਕਮਲ ਵਰਗੇ ਤੇ ਦੂਜੇ ਪਾਸੇ ਕਹਿੰਦੇ ਟੀਮ ਖੰਜਰ ਵਾਲੀ ਹੈ ਪੱਬੀ ਵੀ ਆ ਰਿਹਾ ਉੱਪਰ ਵਾਲਾ ਬਹੁਤ ਤਗੜਾ ਮੈਚ ਖੇਡਿਆ ਜਾਣਾ ਇੱਕ ਨੰਬਰ ਦੇ ਤੇ ਖੰਜਰ ਵਾਲ ਦੀ ਟੀਮ ਦੇ ਲਈ ਬਹੁਤ ਲੰਬੇ ਟਾਈਮ ਪਹਿਲਾਂ ਜਦੋਂ ਖੰਜਰ ਵਾਲੀ ਖੇਡਿਆ ਫਰੋਸ਼ਾ ਦਾ ਤੀਰਸ ਤੇ ਕਹਿੰਦੇ ਧਰ ਧਰ ਜਾਈ ਹੁੰਦੇ ਅੱਜ ਫੇਰ ਕਹਿੰਦੇ ਵਾਪਸੀ ਹੋ ਰਹੀ ਹੈ ਤੀਰਸ ਦੇ ਨਾਲ ਕਹਿੰਦੇ ਢਿੱਡਾ ਸਾਰੀ ਉਮਰ ਆਪਾਂ ਦੇਣ ਨੀ ਦੇ ਸਕਦੇ ਇਸ ਪਿੰਡ ਦਾ ਬੜੇ ਮਾਣ ਕਹੀਦਾ ਵੀ ਮੇਰੇ ਭਰਾਵਾਂ ਦਾ ਪਿੰਡ ਆ ਫੇਰੂ ਸ਼ਹਿਰ ਇੱਕ ਪਾਸੇ ਟੀਮ ਖੰਜਰ ਵਾਲੀ ਹੈ ਗੱਗੀ ਨੇ ਤਿਆਰ ਕੀਤੀ ਹੈ ਇੱਥੇ ਤੇ ਨਾਲ ਖੰਜਰ ਵਾਲੀ ਆ ਉਹ ਆਈਪੀਐਸ ਵਾਲੇ ਪੇਜ ਤੇ ਆ ਜਾਓ ਆਪਣਾ ਦੂਜਾ ਨਾ ਕਹਿੰਦੀ ਦੁਨੀਆ ਬੜੀ ਆਤਰੀ ਕਹਿੰਦੇ ਚੜਾਈ ਰਹੀ ਹੈ ਖੰਜਰ ਵਾਲੀ ਆ ਜਿੰਨਾ ਟਾਈਮ ਬਲੌਗ ਜਿਹਾ ਚੱਲਦਾ ਆ ਤੇ ਇੱਕ ਕੋਈ ਸ਼ੱਕ ਨਹੀਂ ਹੁਣ ਕੋਈ ਮੰਨੇ ਭਾਵੇਂ ਨਾ ਮੰਨੇ ਪਰ ਇਹ ਤੇ ਡਰਦੇ ਸਾਰੇ ਸੀਗੇ ਇਹ ਬੱਗੀ ਵਾਲਾ ਗੱਲ ਸੋਲਾਂ ਦੇ ਸੱਚ ਹੈ ਮੰਨਣਾ ਨਾ ਮੰਨਣਾ ਬੰਦੇ ਦੇ ਡਿਪੈਂਡ ਹੈ ਕਰਨ ਧਾਲੀਵਾਲ ਵਧੀਆ ਵਧੀਆ ਕਰਨ ਉਹ ਚੱਲਦਾ ਰਿਹਾ ਗਰਾਊਂਡਾਂ 'ਚ ਇਹਨੂੰ ਵੇਖ ਕੇ ਕਈ ਤਰੇਲੀ ਸਾਰਿਆਂ ਨੂੰ ਆਉਂਦੀ ਰਹੀ ਹੈ ਖੰਜਰ ਵਾਲੀ ਆ ਪਿੰਦਰ ਹੈ ਬਹੁਤ ਤਗੜਾ ਮੈਚ ਖੇਡਿਆ ਜਾਣਾ ਹੈ ਤੇ ਵੀ ਸ਼ੁਰੂ ਕਰਦੇ ਫੌਜੀ ਮੈਚ ਜਲਦੀ
ਇਧਰ ਲੋਹਾਰੇ ਵਾਲੇ ਮੁੰਡੇ ਜਤਿੰਦਰ ਵੀਰ ਸਾਡਾ ਉਹ ਕਹਿੰਦਾ ਜੇ ਲੋਹਾਰੇ ਦੀ ਟੀਮ ਜਿੱਤੇ ਲੋਕੋ ਦੋ ਤੇ 1100 ਦਾ ਮਾਨ ਕਰਨਾ ਆਪਾਂ। ਉਧਰ ਜਤਿੰਦਰ ਵੀਰ ਸਾਡਾ ਕਹਿੰਦਾ ਵੀ ਲੋਹਾਰੇ ਵਾਲੇ ਮੁੰਡਿਆਂ ਦਾ ਮਾਨ ਕਰਾਂਗੇ ਜੇ ਜਿੱਤਦੇ ਆ 1100 ਦੇ ਨਾਲ ਵੱਡੇ ਮਾਨ ਪਿਆਰ ਜਿਹੜੇ ਦਿੱਤੇ ਜਾਣਗੇ। ਇੱਕ ਪਾਸੇ ਲੋਕੋ ਦੀ ਟੀਮ ਹੈ ਬੱਚੀ ਆ ਲੋਕੋ ਵਾਲਾ ਤੇ ਨਾਲ ਕਹਿੰਦੇ ਬੁੱਧ ਸਿੰਘ ਵਾਲੀਆ ਨੌਜਵਾਨ ਸੁੱਖਾ ਖੇਡ ਰਿਹਾ ਲੋਕੋ ਦੀ ਟੀਮ ਵੀ ਵੱਡੀ ਆ ਤੇ ਲੋਹਾਰੇ ਵਾਲੇ ਮੁੰਡਿਆਂ ਦੇ ਵੀ ਕਹਿੰਦੇ ਚਰਚੇ ਆ। ਬਹੁਤ ਤਗੜਾ ਮੈਚ ਖੇਡਿਆ ਜਾ ਰਿਹਾ ਦੋ ਤੇ ਵੀ ਵੱਡੇ ਮਾਣ ਕਰਦਾ ਵੀਰ ਸਾਡਾ ਜਤਿੰਦਰ ਹੈ ਦੀਪ ਸਿੰਘ ਵਾਲੀ ਟੀਮ ਦੇ ਲਈ ਵੱਡਾ ਮਾਣ ਭੇਜਿਆ। ਬਹੁਤ ਧੰਨਵਾਦ ਸਾਰੇ ਵੀਰਾਂ ਦਾ। ਭੈਰੋ ਮੁੰਡਾ ਬਿੱਲੀ ਦੀ ਟੀਮ ਦੇ ਰਾਈਆਂ ਤੇ ਟੀਮਾਂ ਜਿਹੜੀਆਂ ਤਿੰਨ ਨੰਬਰ ਦੇ ਨੇੜੇ ਕਿਉਂ ਨੀ ਆਈਆਂ ਜਲਦੀ ਆ ਜਾਣ। ਭੈਰੋ ਮੁੰਡਾ ਬਿੱਲੀ ਦੀ ਟੀਮ ਤੇ ਰਾਈਆਂ ਦੇ ਖਿਡਾਰੀ ਜਿਹੜੇ ਇਹ ਤਿੰਨ ਨੰਬਰ ਦੇ ਬਿਲਕੁਲ ਨੇੜੇ ਤੇੜੇ ਆ ਜਾਣ। ਲੈ ਵੀ ਬੈਲੀ ਆ ਜਾ ਤਿਆਰੀ ਖਿੱਚ ਕੇ ਮਿੱਤਰਾਂ ਜਲਦੀ ਦੇ ਨਾਲ। ਭੈਰੋ ਮੁੰਡਾ ਪਿੰਡ ਕਹਿੰਦੇ ਬੈਲੀ ਨੇ ਮਸ਼ਹੂਰ ਕਰ ਦਿੱਤਾ ਬੜੇ ਚੋਟੀ ਚੋਟੀ ਦੇ ਖਿਡਾਰੀਆਂ ਚ ਨਾਂ ਬੋਲਦਾ ਬੈਲੀ ਦਾ ਕਹਿੰਦੇ ਚਰਚਾ ਰਹਿੰਦਾ ਸਾਰਾ ਸਾਲ ਇਹਨਾਂ ਗਰਾਊਂਡਾਂ ਚ ਖੇਡਦਾ ਮੁੰਡਾ। ਭੈਰੋ ਮੁੰਡਾ ਬੈਲੀ ਦੀ ਟੀਮ ਆਵੇ ਤੇ ਰਾਈਆਂ ਤਿੰਨ ਨੰਬਰ ਦੇ ਨੇੜੇ ਡਗੋਰਾ ਵੀ ਤੇ ਭੈਰੋ ਮੁੰਡਾ ਪੰਮਾ ਚਾਰ ਜਾ ਜੋ ਜੀ ਪਰ ਤਲਵੰਡੀ ਸਾਬੋ ਦਾ ਮੈਚ ਅੱਗੋਂ ਪਹਿਲਾਂ ਓਕੇ ਓਕੇ ਉਪਲਾ ਜਸ਼ਨ ਦੀ ਟੀਮ ਪਹੁੰਚੇ ਤਲਵੰਡੀ ਸਾਬੋ ਜਸ਼ਨ ਦੀ ਟੀਮ ਇੱਧਰ ਦੀ ਸਰ ਜੀ ਮਿਹਰਬਾਨੀ ਇੱਧਰ ਨੰਗੀ ਭਰਾ ਬਣਿਆ ਵਾਹ ਮੁੰਡੇ ਸੰਘਿਆ ਵਾਲੇ ਘੈਂਟ ਬੰਦੇ ਵੈਰੀ ਤਲਵੰਡੀ ਸਾਬੋ ਵਾਲੇ ਆਓ ਜੀ ਉਪਲਾ ਜਸ਼ਨ ਤਲਵੰਡੀ ਸਾਬੋ ਦੀ ਟੀਮ ਗਰਾਊਂਡ ਚ ਉਪਲਾ ਵਾਲੇ ਮੁੰਡੇ ਜਸ਼ਨ ਦੀ ਟੀਮ ਨੇ ਖੋਖਰ ਦੀ ਟੀਮ ਸੈਂਟਰ ਖੇਡਾ ਜਰੂਰ ਸਾਡਾ ਸਪੋਰਟ ਕਰ ਲਵੇ ਕੈਪਟਨ ਟੀਮ ਦਾ। ਚਾਰ ਨੰਬਰ ਗਰਾਊਂਡ ਤਲਵੰਡੀ ਸਾਬੋ ਦੀ ਟੀਮ ਖੜੀ ਹੈ ਜੀ ਆ ਜਾਓ ਜਲਦੀ ਨਾਲ ਉਪਲਾ ਜਸ਼ਨ ਦੀ ਟੀਮ ਚਾਰ ਚ ਇਹਨੂੰ ਬਾਅਦ ਭੈਰੋ ਮੁੰਡਾ ਪੰਮਾ ਤੇ ਡਗੋਰਾ ਦੀ ਬੀ ਟੀਮ ਇਹ ਟੀਮਾਂ ਰੈਡੀ ਰਹਿਣ। ਭੈਰੋ ਮੁੰਡਾ ਵੈਲੀ ਤੇ ਰਾਈਆਂ ਇਹ ਟੀਮਾਂ ਆ ਜੋ ਤਿੰਨ ਨੰਬਰ ਦੇ ਬਿਲਕੁਲ ਨੇੜੇ ਅਗਲੇ ਮੈਚਾਂ ਦੇ ਲਈ ਜਲਦੀ ਨਾਲ ਵੀਰ ਸਾਡੇ ਇਹ ਤਿਆਰ ਬਰ ਤਿਆਰ ਰਹਿਣਗੇ। ਪਹਿਲੇ ਰਾਊਂਡ ਦਾ ਥੋੜ੍ਹੇ ਮੈਚ ਬਾਕੀ ਆ ਬਈ ਕਰੀ ਕਰੀ ਸਾਈਲੈਂਟ ਕਰੀ ਮਾੜਾ ਜਿਹਾ ਜਤਿੰਦਰ ਵੀਰ ਕੈਨੇਡਾ ਵਾਲਾ ਸਾਡਾ ਸਕੀਰਤ ਹਾਂ ਹਾਂ ਬੋਲ ਪਾਸੇ ਬੋਲਤਾ ਹੋ ਗਈ ਸੀ ਅਨਾਊਂਸਮੈਂਟ ਕਿਆ ਹੋ ਗਈ ਸੀ ਨਾ ਮਿਹਰਬਾਨੀ ਹੋ ਗਈ ਸੀ ਅਨਾਊਂਸਮੈਂਟ ਦੱਸ ਦੇ ਨਾ ਹਾਂ ਦੁਬਾਰੇ ਫੇਰ ਕਰਾਇਆ ਨਹੀਂ ਤਾਂ ਓਏ ਇੱਕ ਬਹੁਤ ਵੱਡੀ ਖੁਸ਼ੀ ਵਾਲੀ ਮਾਣ ਵਾਲੀ ਗੱਲ ਹੈ ਬੜੀ ਵਧੀਆ ਸੋਚ ਹੈ ਜਿਹੜੀ ਟੀਮ ਪਹਿਲਾਂ ਦਾ ਪਹਿਲੇ ਨੰਬਰ ਤੇ ਆਉਣੀ ਇਹਨੂੰ ਨਾਲ ਪ੍ਰੈਸਾਂ ਵੀ ਦਿੱਤੀਆਂ ਜਾਣਗੀਆਂ 6 ਹੈ ਪੰਜਾਂ ਵਾਲ ਇੱਕ ਫ੍ਰੀ ਹੈ ਪਰਚੀ ਜਿਹੜਾ 5 ਪਰਚੀਆਂ ਪਾਵੇਗਾ ਇੱਕ ਪਰਚੀ ਨਾਲ ਫ੍ਰੀ ਆ ਵੀਰ ਕਹਿੰਦੇ ਪਤਾ ਕੋਈ ਨੀ ਵੀ ਉਹੀ ਨਿਕਲ ਆ ਜਿਹੜੀ ਫ੍ਰੀ ਵਾਲੀ ਪਰਚੀ ਹੈ ਬੋਲ ਕਸਰਾਂ ਵਾਲੀ ਕਰ ਲਓ ਧਿਆਨ ਤੁਸੀਂ ਉਧਰ 6 ਜਿਹੜੀਆਂ ਪ੍ਰੈਸਾਂ ਦਿੱਤੀਆਂ ਜਾਣਗੀਆਂ 6 ਖਿਡਾਰੀ ਖੇਡਦੇ ਆ ਜਿਹੜੀ ਟੀਮ ਪਹਿਲੇ ਨੰਬਰ ਤੇ ਆਵੇਗੀ ਇੱਕ ਕੱਪ ਦਿੱਤਾ ਜਾਣਾ ਹੈ
ਮੰਗ ਦੇ ਨਾਲ ਤੇ ਨਾਲ 6 ਪ੍ਰੈਸਾਂ ਦਿੱਤੀਆਂ ਜਾਣਗੀਆਂ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਦੇ ਲਈ ਜਿਹੜੇ ਟੋਸਟਰ ਦਿੱਤੇ ਜਾਣੇ ਮਨਮੀਤ ਢਿੱਲੋਂ ਵਧੀਆ ਵਧੀਆ ਮਨਮੀਤ ਵਧੀਆ ਵੀਰੇ 6 ਟੋਸਟਰ ਮਨਮੀਤ ਢਿੱਲੋਂ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਦੇ ਲਈ ਵੀ ਸਾਰੇ ਖਿਡਾਰੀ ਖੁਸ਼ ਜਾਣ ਕੋਈ ਨਿਰਾਸ਼ ਨਾ ਹੋਵੇ ਬੜੀ ਵਧੀਆ ਸੋਚ ਹੈ ਵੀਰਾਂ ਨੂੰ ਮੈਂ ਮੁਬਾਰਕਬਾਦ ਵੀ ਦਿੰਦਾ ਵੀ ਪਹਿਲ ਕੀਤੀ ਹੈ ਭਰਾਵਾਂ ਨੇ ਤੇ ਧੰਨਵਾਦ ਵੀ ਕਰਾਂਗੇ ਨਾ ਵੀਰਾਂ ਦਾ ਜਿਨ੍ਹਾਂ ਨੇ ਖਿਡਾਰੀਆਂ ਬਾਰੇ ਸੋਚਿਆ ਪਹਿਲਾਂ ਜਿੱਤੇ ਆ ਗਰਾਊਂਡ ਨੰਬਰ 4 ਚੋਂ ਇੱਕ ਰੈਫਰੀ ਆ ਗਏ ਗਿੱਲ ਵੀ ਦੇ ਟੀਮ ਦੇ ਖਿਡਾਰੀ ਜੀ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਵੀਰ ਸਾਡੇ ਜਿਹੜੇ ਜਿੱਤੇ ਜੀ ਉਹ ਆਪਣੇ ਆਪ ਹੀ ਮੈਚ ਕਰਵਾ ਲਿਆ ਕਰੋ ਗਿੱਲ ਬੀ ਵਾਲੇ ਮੁੰਡੇ ਲਾਲੀ ਖਾਨ ਸਾਹਿਬ ਮਾਰਗਸਰ ਕਰਾਈਏ ਮੈਚ ਆਪਾਂ ਇੱਧਰ 3 ਨੰਬਰ ਗਰਾਊਂਡ ਦੇ ਵੀ ਟੱਕਰ ਬੜੀ ਵੱਡੀ ਹੈ ਗੁਜਰਾਂ ਦੀ ਟੀਮ ਦੇ ਲਈ ਅੱਜ ਰੋਡਿਆਂ ਵਾਲਾ ਚਿਹਰਾ ਆਇਆ ਹੋਇਆ ਮੁੰਡਾ ਜਿਹੜੇ ਮੋਗੇ ਚੋਂ ਵੱਡੀਆਂ ਦੂਰੀਆਂ ਤੈਅ ਕੀਤੀਆਂ ਨੇ ਔਰ ਉਧਰ ਅੱਜ ਜੀਤ ਖੇਡਦਾ ਤੇ ਨਾਲ ਸੰਭਵਾਲੀਏ ਗੋਲਡੀ ਦੇ ਚਰਚੇ ਵੱਡੇ ਆ ਮੈਚ ਸਿਰੇ ਦਾ ਲੈ ਵੀ ਨੰਬਰ ਦੱਸੋ ਬਾਬਾ ਜੀ ਕਿੰਨੇ ਕਿੰਨੇ ਆ ਗਰਾਊਂਡ ਨੰਬਰ 3 ਦੇ ਓਕੇ 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 ਕਰਨਾ ਕਰਿਓ ਕਰਿਓ ਸ਼ੇਅਰ ਕਰਿਓ ਸਾਰੇ ਜਣੇ ਖਿੱਚ ਕੇ ਨੱਪਿਓ ਕਿੱਲੀ ਨੱਪਿਓ ਕਰਾਂ ਸਕੋਰ ਦੱਸ ਦੇ ਵੀਰੇ ਪੰਜ ਪੰਜ 5 ਈਚ ਆ ਜੀ ਬਰਾਬਰੀ ਦੇ ਮੈਚ ਵਾਹ ਮੁੰਡੇ ਉਹ ਲੋਹਾਰੇ ਵਾਲੇ ਉਹ ਦੂਜੀ ਸਾਈਡ ਤੇ ਟੀਮ ਲੋਪੋ ਵਾਲੇ ਹੈਲੋ ਹਾਂਜੀ ਹੁਣ ਦੱਸੋ ਜੀ ਕਿੰਨੇ ਕਿੰਨੇ ਜੀ 3 ਨੰਬਰ ਗਰਾਊਂਡ ਦੇ ਪੁਆਇੰਟ ਦਸ ਕਿੱਧਰ ਨੇ ਜੀ ਲਓ 4 ਤੇ 10 ਦਾ ਮੁਕਾਬਲਾ 4 ਨੰਬਰ ਹੈ ਜਿਹੜੇ ਗੁਜਰਵਾਲ ਦੀ ਟੀਮ ਦੇ 5 ਹੋ ਗਿਆ ਨੰਬਰ ਔਰ 10 ਨੰਬਰ ਜਿਹੜੇ ਆਦਮਪੁਰਾ ਜੀਤ ਕਲੱਬ ਦੀ ਟੀਮ ਦੇ ਅੰਦਰ ਗੀਤਾ ਖੇਡਦਾ ਜਿਹੜੇ ਪਿੰਡ ਦੇ ਕਦੇ ਸਰਦੂ ਦੇ ਚਰਚੇ ਹੋਏ ਆ ਔਰ ਸਾਹਮਣੇ ਮੈਂ ਤੱਕ ਰਿਹਾ ਵਸਦਾ ਯੂਕੇ ਦੇ ਵਿੱਚ ਵੱਡਾ ਮਾਣ ਕਰਦਾ ਆ ਟੀਮ ਦੇ ਮੈਚ ਤਾਬਲਾ ਖੇਡਿਆ ਜਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਮੈਂ ਤੱਕਦਾ ਵੀ ਗੋਰੀ ਆ ਮੁੰਡਾ ਫੈਜ ਗੜੀ ਆ ਆਮ ਮੁੰਡੇ ਦੇ ਕਦੇ ਵੱਡੇ ਚਰਚੇ ਆ ਮੈਂ ਵੀ ਫੈਜ ਰੋਬੀ ਵਜੇਟਾ 3 ਤੇ ਲਾਈਵ ਆਪਣੀ ਟੀਮ ਨੂੰ ਉਹ ਜਿਹੜਾ ਚੱਲੀ ਜਾਂਦਾ ਫੇਰ ਘਰ ਘਰ ਹੁਣ ਆਸਕ ਬਾਲੀਵਾਲ ਵਾਲਾ ਮੁੰਡਾ ਵੀ ਆ ਆਈਪੀਐਸ ਵਾਲਾ ਚੱਲਦਾ ਵਜੇਟਾ ਉਧਰ ਤਲਵੰਡੀ ਵਾਲਾ ਜੀਤ ਨੀਰਜ ਕਮੋਜ ਸਿੱਧੂ ਆਇਆ ਵੀਰੇ ਆਇਆ ਆਦਮਪੁਰਾ ਆਪਣੇ ਰੋਡ ਤੇ ਆਦਮਪੁਰਾ ਚ ਖੇਡਦਾ ਲੇਮਸ਼ਾ ਸਿੱਧੂ ਵੀ ਗੁੱਗੀ ਕਹਿ ਕੇ ਆਵਾਜ਼ ਮਾਰਦੀ ਆ ਇਹ ਵੀ ਮੁੰਡੇ ਦੀ ਖੇਡ ਬੜੀ ਤਗੜੀ ਆ ਨਾਲ ਮੈਂ ਨਜ਼ਾਰੇ ਪੂਰੇ ਆਉਣੇ ਰੋਬੀ ਪੰਜਟਾ ਜਤਿੰਦਰ ਗਿੱਲ ਕੈਨੇਡਾ ਵੱਡਾ ਧੰਨਵਾਦ ਭਰਾਵਾਂ ਸਾਡਿਆਂ ਦਾ ਗੱਗੂ ਡੱਲਾ ਬੱਲੇ ਬੱਲੇ ਓ ਬੱਲੇ ਵਾਹ ਮੁੰਡਿਆਂ ਨਹੀਂ ਉਹ ਰੀਸਾਂ ਦੇ ਰਹੀਆਂ ਵੀ ਕਰ
ਤਾਂ ਕਹਿ ਕੇ ਦੋਣੇ ਆ ਜਿਵੇਂ ਆਊਟ ਬਾਲ ਨੂੰ ਢੌਂਦੀ ਹੈ ਸਕੋਰ ਦੱਸਦੇ ਸਾਨੂੰ ਵਰਗੇ ਅਗਲੇ ਰੌਂਡ ਤੇ ਵੀ ਸਿੱਧੀ ਧੂਕਾ ਜੇ ਪਾਉਂਦੀ ਹੈ ਮੈਚ ਟਾਪਦਾ ਇੱਕ ਹੋਰ ਪੁਆਇੰਟ ਦਾ ਵਾਧਾ ਕਰਦਾ ਮੁੰਡਿਆਂ ਨੇ ਹੈ ਹੌਲੀ ਹੌਲੀ ਨੇੜੇ ਤੇੜੇ ਆਉਂਦੇ ਜਾਂਦੇ ਆਦਮਪੁਰੇ ਵਾਲਿਆ ਜਾਫੀ ਪੰਗੋ ਦੇ ਆਉਂਦੀ ਵੀਰੇ ਮੇਰੇ ਮਿੱਤਰਾ ਸੂਰਜ ਸ਼ੁਭਨ ਤੋਂ ਪਹਿਲਾਂ ਪਹਿਲਾਂ ਨਾ ਪਿੰਡ ਵੱਲੇ ਨੂੰ ਹੋ ਜਾਣ ਇਹ ਧਿਆਨ ਕਰਨਾ ਪੈਣਾ ਆਓ ਸਾਹਮਣੇ ਖੇਡ ਦੇ ਮੈਦਾਨ 'ਚ ਗਲਤੀ ਕਰ ਗਿਆ ਇਹ ਵੀ ਸੱਤ ਹੋਵੇ ਸੱਤ ਤੇ ਦਸ ਚਾਰ ਨੰਬਰ ਗਰਾਉਂਡ ਤੇ ਵੀ ਮੈਚ ਬੜਾ ਵਧੀਆ ਹੈ ਇਸ ਤੋਂ ਬਾਅਦ ਕਿੰਨੇ ਮੈਚ ਬਾਕੀ ਨੇ ਜੀ ਉਹ ਵੀ ਜ਼ਰੂਰ ਦੱਸਿਆ ਜਾਵੇ ਤਲਵੰਡੀ ਸਾਬੋ ਆ ਮੈਚ ਕਰਿੰਦਾ ਮੇਰੇ ਖਿਆਲ ਆਪਣੇ ਕੋਲ ਟੁੱਟਣਾ ਜਸ਼ਨ ਦੀ ਟੀਮ ਆਰਿਆਨ ਡੂਟੀ ਵਧੀਆ ਵਧੀਆ ਵੀਰੇ ਆਰਿਆਨ ਬਹੁਤ ਬਹੁਤ ਧੰਨਵਾਦ ਲਾ ਵੀ ਜੇ ਗੋਰੀ ਫੈਜ ਗੱਡੀਆਂ ਮੈਚ ਤਾਵੇ ਤੇਰੇ ਮਾਮੇ ਦੇ ਮੁੰਡੇ ਨੂੰ ਵੀ 500 ਦਿੱਤਾ ਜਾਣਾ ਹੈ ਨਾਨਕਿਆਂ ਦਾ ਮਾਨ ਬੜਾ ਵੱਡਾ ਹੱਥ ਤੇ 10 ਦੀ ਟੱਕਰ ਆਓ ਨੰਬਰ 9ਵਾਂ ਵੀ ਜੁੜ ਗਿਆ ਖੇਡ ਦੇ ਮੈਦਾਨ 'ਚ ਨਜ਼ਾਰੇ ਪੂਰੇ ਆਉਣੇ ਮੇਜਰ ਤਾਲੀਵਾਲ ਸ਼ੁਭੇ ਦੇ ਵੱਡੇ ਜਤਿੰਦਰ ਗੱਲ ਔਰ ਇੱਧਰ ਸ਼ੂਟਿੰਗ ਵਾਲੀਵਾਲ ਮੇਰੇ ਮਿੱਤਰ ਓਕੇ ਓਕੇ ਜਤਿੰਦਰ ਦੀਆਂ ਕਿਤੇ ਗੱਲਾਂ ਬਾਤਾਂ ਹੋ ਗਈਆਂ ਇੱਕ ਨੰਬਰ ਗਰਾਊਂਡ ਤੇ ਵੀ ਹੈ ਬਾਬਾ ਧੰਨਵਾਦ ਦੀਵਾਰ 305 ਕਰਦੇ ਅਪਡੇਟ ਵੀਰੇ ਵੱਡਾ ਮੈਚ ਗੱਲ ਸਾਹਿਬ ਅਪਡੇਟ ਕਰ ਸੌਰੀ ਫੇਰੂ ਸ਼ਹਿਰ ਵਾਲਾ ਕਦੇ ਤੀਰ ਖਾਇਆ ਤੇ ਨਾਲ ਭਿੰਡਾ ਭਲਵਾਨ ਅੱਜ ਖੱਜਰ ਨਾਮੀ ਟੀਮ ਦਾ ਵੱਡਾ ਹਿੱਸਾ ਬਣਿਆ ਹਾਂਜੀ ਹਾਂਜੀ ਵੀਰੇ ਮੈਚ ਟਾਪ ਦਾ ਉੱਪਰਾਂ ਵਾਲੇ ਕਹਿੰਦੇ ਇਧਰਲੇ ਪਾਸੇ ਕਮਲ ਹੋਣੀ ਹੈ ਆਓ ਮੁੰਡੇ ਗੋਲੂ ਵਰਗੇ ਪੱਬੀ ਵਰਗੇ ਇੱਕ ਟਾਪ ਕੀਤਾ ਹੋਇਆ ਹੈ ਚਾਰੇ ਗਰਾਊਂਡਾਂ ਦੇ ਮੈਚ ਚੱਲ ਰਹੇ ਨੇ ਇੱਕ ਦੋ ਮੈਚ ਬਾਕੀ ਹੈ ਦੂਜੇ ਰਾਊਂਡ ਦੀਆਂ ਲਾਈਆਂ ਕੱਢੀਆਂ ਜਾਣਗੀਆਂ ਹੈਲੋ ਇਸ਼ਵਾਜ ਜਤਿੰਦਰ ਗੱਲ ਬਾਈ ਵੱਲੋਂ ਹੈਪੀ ਦੀਆਂ 5 ਬਾਲਾਂ 500 ਦੀਆਂ ਉਧਰ ਜਤਿੰਦਰ ਗਿੱਲ ਭਰਾ ਸਾਡਾ ਹੈਪੀ ਦੀਆਂ 5 ਬਾਲਾਂ 500 ਦੀਆਂ ਜੀ ਹੈਪੀ ਦੀਆਂ 5 ਬਾਲਾਂ ਜਤਿੰਦਰ ਗਿੱਲ ਬਾਈ ਕਹਿੰਦਾ ਵੀ 500 ਦੇ ਵੱਡੇ ਜਿਹੜੇ ਬਾਲ ਕਰਦੇ ਆਪਾਂ ਬਹੁਤ ਵੱਡਾ ਧੰਨਵਾਦ ਮੈਂ ਕਰਦਾ ਵੀਰਾਂ ਦਾ ਹਰਪੀ ਸਿੱਖੋ ਸਾਹਿਲ ਸਿੰਘ ਮੁੰਡੇ ਲੋਹਾਰੇ ਵਾਲੇ ਆ ਕੈਮਰੇ ਸਾਹਮਣੇ ਦੂਜੀ ਸਾਈਡ ਲੋਪੋ ਵਾਲੇ ਮੁੰਡੇ ਲਾਲਚੰਦ ਕੰਬੋਜ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਵਾਹ ਮੁੰਡਿਓ ਲੋਹਾਰ ਕਿੰਨੇ ਹੋ ਗਏ ਸਕੋਰ ਵੀਰੇ ਗਿੱਲਾਂ ਵਾਲਿਓ ਦਸ ਦਸ ਇੱਧਰ ਦਸ ਲੋਪੋ ਦਸ 8 ਮਿੰਟ ਲੋਹਾਰੇ ਦੇ ਉੱਧਰ ਦਸ ਇੱਧਰ 8 10-8 ਆ ਮੁੰਡੇ ਲੋਪੋ ਵਾਲੇ ਆ ਪਰਲੀ ਸਾਈਡ ਇੱਧਰ ਲੋਹਾਰੇ ਵਾਲੇ ਓ ਬੱਲੇ ਵਿਕਾਸ ਗੰਦਾਰਾ ਜੀ ਸਾਈਡਾਂ ਚੇਂਜ ਬਾਗੜੀ ਹੋਰੀ ਆਏ ਆ ਜੀ ਅਗਲੇ ਰਾਊਂਡ 'ਚ ਬਾਗੜੀ ਹੋਰੀ ਅਗਲੇ ਰਾਊਂਡ 'ਚ ਪਹਿਲੇ ਰਾਊਂਡ ਦੀਆਂ ਟਾਈਆਂ ਪੈਣ ਲੱਗੀਆਂ ਥੋੜ੍ਹੇ ਮੈਚ ਬਾਕੀ ਬਸ
ਦੋ ਚਾਰ ਇੱਕ ਦੋ ਮੈਚ ਬਾਡੀਅਰ ਕੇ ਆਏ ਆ ਵੀਰੇ, ਆਏ ਆ ਸਾਰੇ ਆਏ ਆ, ਟੀਮਾਂ ਸਾਰੀਆਂ ਹੀ ਆਈਆਂ, ਖੰਡੇ ਪੂਰੇ ਖੜਕਣੇ, ਲੋਪੋ ਵਾਲੇ ਮੁੰਡੇ ਸੁੱਖਾ ਬੁੱਧ ਸਿੰਘ ਵਾਲਿਆਲਾ ਨਾਲ ਬੱਚੀ ਲੋਪੋ, ਵਾਹ ਬੱਚੀ ਗੁਰਦੀਪ, ਹਾਂਜੀ ਹਾਂਜੀ ਵੀਰੇ, ਸ਼ਾਲੂ ਨਾਲ ਮਣੀ ਅਤੇ ਸੁੱਖੂ ਆ ਬਾਈ, ਦਵਿੰਦਰ ਬਰਾੜ ਕਲੱਬ ਯੂ ਐੱਸ ਏ ਸ਼ਾਲੂ ਭਨਿਆਰੀ, ਨਜ਼ਾਰੇ ਬਣੇ ਕਰੇ ਪੂਰੇ, ਮੈਚ ਖੇਡਿਆ ਜਾ ਰਿਹਾ ਇੱਕ ਨੰਬਰ ਗਰਾਊਂਡ ਦੇ ਵਿੱਚ, ਵੀ ਉੱਪਲਾਂ ਦੀ ਟੀਮ ਵੀ ਹੈ, ਬੜੇ ਮਿਹਨਤੀ ਖਿਡਾਰੀ ਇਹਨਾਂ ਦਿਨਾਂ ਦੇ ਵਿੱਚ ਬੜੀ ਪ੍ਰੈਕਟਿਸ ਕਰ ਰਹੇ ਆ ਮੁੰਡੇ, ਘੱਟੀਆਂ ਵਾਲਾ ਦੋਵੇਂ ਟੀਮਾਂ, ਇੱਕ ਪੰਬੇ ਦੀ ਟੀਮ, ਇੱਕ ਵੈਲੀ ਉਹਨਾਂ ਦੀ ਟੀਮ ਦਾ ਮੈਚ ਰਾਈਆਂ ਦੇ ਨਾਲ, ਡਬੋਰਾ ਬੀ ਤੇ ਭੈਰੋ ਮੁੰਨਾ ਪੰਮਾ ਤੇ ਵੈਲੀ ਭੈਰੋ ਮੁੰਨਾ ਤੇ ਰਾਈਆਂ, ਦੋ ਮੈਚ ਬਾਕੀ ਹੈ, ਟੀਮਾਂ ਬਿਲਕੁਲ ਤਿਆਰ ਰਹਿਣ, ਜਿਹੜੇ ਵੀ ਗਰਾਊਂਡ ਪਹਿਲਾਂ ਵਿਹਲੇ ਹੁੰਦੇ ਉੱਥੇ ਆਵਾਜ਼ ਮਾਰਾਂਗੇ। ਓਕੇ ਓਕੇ ਤੇਜੇ ਖੇਡ ਵਾਲੇ, ਗੁੱਡ ਗੁੱਡ, ਸ਼ੇਅਰ ਕਰਿਓ ਸਾਰੇ ਜਣੇ, ਖਿੱਚ ਕੇ ਸ਼ੇਅਰ ਕਰਿਓ, ਟਾਈਆਂ ਪਾਉਣ ਲੱਗਿਆ ਜੀ, 22 ਟੀਮਾਂ ਨੇ ਆਪਣੇ ਕੋਲੇ, 22 ਟੀਮਾਂ, 22 ਆ ਪੈਂਤੀ ਕਲੀਅਰ ਕਰਨੀ ਹੋਣੀ ਵੀਰੇ, 22 ਟੀਮਾਂ ਨੇ ਆਪਣੇ ਕੋਲੇ, 12 ਟੀਮਾਂ ਦੇ ਜਿਹੜੇ 6 ਮੈਚ ਕਰਾਵਾਂਗੇ ਤੇ 10 ਨੂੰ 22 ਮਿਲੂਗੀ, ਹੈਨਾ, ਆਓ ਜੀ ਟੀਮਾਂ, ਉਸ ਤੋਂ ਬਾਅਦ ਫਿਰ 16 ਰਹਿ ਜਾਣਗੀਆਂ, 22 ਇੱਥੇ ਕਲੀਅਰ ਕਰਾਂਗੇ ਆਪਾਂ, 22 ਟੀਮਾਂ ਨੇ ਆਪਣੇ ਕੋਲ, 12 ਟੀਮਾਂ ਦੇ 6 ਮੈਚ ਹੋਣਗੇ ਤੇ 10 ਟੀਮਾਂ ਜਿਹੜੀਆਂ ਉਹ ਦੂਜੇ ਰਾਊਂਡ ਤੇ ਜਾਣਗੀਆਂ, 6 ਜਿਹੜੇ ਵਾਧੂ ਮੈਚ ਕਰਾਵਾਂਗੇ, ਉਸ ਤੋਂ ਬਾਅਦ 16 ਟੀਮਾਂ ਰਹਿ ਜਾਣਗੀਆਂ, ਜੇ ਕੋਈ ਆਉਣਾ ਚਾਹੁੰਦਾ ਵੀਰ ਸਟੇਜ ਤੇ ਆ ਸਕਦਾ, ਟੀਮਾਂ ਦਾ ਇੱਕ ਇੱਕ ਖਿਡਾਰੀ ਜ਼ਰੂਰ ਸਟੇਜ ਤੇ ਆ ਜਾਏ, ਸਾਰਿਆਂ ਦੇ ਸਾਹਮਣੇ ਜਿਹੜੀਆਂ ਟਾਈਆਂ ਪਾਈਆਂ, ਨਾਲ ਹੀ ਜਿਹੜੇ 6 ਆਪਣੇ ਵਾਧੂ ਮੈਚ ਹੋਣਗੇ, ਸਾਰੇ ਮੈਚ ਜਿਹੜੇ ਵੀਰ ਕਹਿੰਦੇ 17-17 ਦੇ ਕਰਾਉਣੇ ਹੁਣ ਆਪਾਂ, ਕਿਉਂਕਿ ਪਹਿਲਾ ਜਿਹੜਾ ਰਾਊਂਡ ਸੀਗਾ ਲੋਕਲ ਟੀਮਾਂ ਵੀ ਖੇਡੀਆਂ, ਆਂਢ ਗੁਆਂਢ ਪਿੰਡਾਂ ਦੇ ਮੁੰਡੇ ਵੀ ਖੇਡੇ, ਔਰ ਵੀਰ ਕਹਿੰਦੇ ਵੀ ਆਪਾਂ ਮੌਕਾ ਸਾਰਿਆਂ ਨੂੰ ਦਿੱਤਾ ਵੀ ਸਾਰੇ ਵਧੀਆ ਪਹਿਲੇ ਰਾਊਂਡ 'ਚ ਖੇਡ ਲੈਣ, ਭਾਵੇਂ ਕੋਈ ਜਿੱਤੇ ਭਾਵੇਂ ਕੋਈ ਹਾਰੇ, ਇਸ ਕਰਕੇ ਪਹਿਲਾ ਰਾਊਂਡ ਕੀ ਦਾ ਕਰਾਇਆ, ਦੂਜੇ ਰਾਊਂਡ ਦੇ ਜਿਹੜੇ ਮੈਚ ਨੇ 6 ਮੈਚ ਵਾਧੂ ਨੇ ਤੇ ਦੂਜੇ ਰਾਊਂਡ ਦੇ ਜਿਹੜੇ ਬਾਅਦ 'ਚ 8 ਮੈਚ ਬੰਨ ਗਏ, ਇਹ 17-17 ਪੁਆਇੰਟਾਂ ਦੇ ਬਾਗੜੀ ਨਾਲ ਉਹ ਖੇਡਣਗੇ, ਉਸ ਤੋਂ ਬਾਅਦ ਪ੍ਰਬੰਧਕ ਦੱਸ ਦੇਣਗੇ ਵੀ ਸੈਮੀ ਤੇ ਫਾਈਨਲ ਆਪਾਂ ਕਿੰਨੇ ਦੇ ਕਰਾਉਣੇ ਆ, ਉਹ ਬਾਅਦ ਦੀਆਂ ਗੱਲਾਂ, ਉਹ ਮੌਕੇ ਤੇ ਕਮੇਟੀ ਵਾਲੇ ਦੱਸਣਗੇ, ਇਹ ਜਿਹੜੇ 6 ਐਕਸਟਰਾ ਮੈਚ ਇਹ 17-17 ਪੁਆਇੰਟਾਂ ਦੇ ਹੋਣਗੇ, ਜੇ ਕੋਈ ਆਉਣਾ ਚਾਹੁੰਦਾ ਆ ਸਕਦਾ ਸਟੇਜ ਤੇ, ਬੇਨਤੀ ਹੈ ਮੇਰੀ।
ਰਜਨੀਸ਼ ਕੁੰਦਾਰਾ ਹਾਂਜੀ ਹਾਂਜੀ ਵੀਰੇ ਗੁਜਰਾਲ ਤੇ ਕਰਾਂਗੇ ਅਪਡੇਟ ਵੀਰੇ ਬਾਹਰੋਂ ਕਿਹੜਾ ਵੇਟ ਕਰ ਲਓ ਬਹੁਤ ਧੰਨਵਾਦ ਬਾਬਾ ਧੰਨਵਾਦ ਜਿੰਨੇ ਭਰਾ ਲਾਈਵ ਤੇ ਹੋ ਸਾਰਿਆਂ ਦਾ ਬਾਬਾ ਧੰਨਵਾਦ ਥੈਂਕ ਯੂ ਬਾਬਾ ਜੀ ਹੋਈ ਮਾੜਾ ਇੱਧਰ ਦਿਖਾ ਦਿਓ ਗੁਰਪ੍ਰੀਤ ਤਰਨ ਬਰਾੜ ਵਧੀਆ ਵਧੀਆ ਗੁਰੀ ਬਰਾੜ ਬਾਬਾ ਧੰਨਵਾਦ ਰਜਨੀਸ਼ ਕੰਦਾਰਾ ਹਾਂਜੀ ਹਾਂਜੀ ਥੈਂਕ ਯੂ ਜੀ ਤਰਨ ਬਰਾੜ ਕੀ ਪੁੱਛਿਆ ਵੀਰ ਦੁਬਾਰੇ ਕਰ ਲਾ ਕਮੈਂਟ ਵੀਰੇ ਕੈਮਰੇ ਸਾਹਮਣੇ ਮੁੰਡੇ ਲੋਪੋ ਵਾਲੇ ਦੂਜੀ ਸਾਈਡ ਤੇ ਲੋਹਾਰੇ ਵਾਲੇ ਮੁੰਡੇ ਸਿੱਧੂ ਆਦਮਪੁਰੇ ਜਾ ਵੀਰੇ ਆਦਮਪੁਰੇ ਚ ਸਿੱਧੂ ਆਦਮਪੁਰੇ ਜਾ ਬਾਈ ਇੱਧਰ ਮੁੰਡੇ ਲੋਪੋ ਵਾਲੇ ਉੱਧਰ ਲੋਹਾਰੇ ਵਾਲੇ ਇੱਕ ਮੈਚ ਬਾਕੀ ਰਹਿੰਦਾ ਆਪਣੇ ਕੋਲ ਟੀਮਾਂ ਨੇੜੇ ਰਹਿਣ ਵੀਰੇ ਇੱਕ ਮੈਚ ਹੀ ਬਾਕੀ ਰਹਿੰਦਾ ਆਪਣੇ ਕੋਲ ਭੈਰੋ ਮੰਨਾ ਵੈਲੀ ਦੀ ਟੀਮ ਪਹਿਲਾ ਰਾਊਂਡ ਸੁੱਖੂ ਆਇਆ ਵੀਰੇ ਆਇਆ ਟਾਈਆਂ ਪੈਣ ਲੱਗੀਆਂ 22 ਕੁ ਟੀਮਾਂ ਬਾਕੀ ਆ ਤੇ ਬੰਬ ਮੈਚ ਲੱਗਣੇ ਸਾਰੇ ਲਾਸਟ ਪੁਆਇੰਟ ਖਿੱਚਰ ਵਿਜੇ ਵਧੀਆ ਵਧੀਆ ਤਰਨ ਬਰਾੜ ਬਾਬਾ ਧੰਨਵਾਦ ਲਾਡੀ ਧਾਲੀਵਾਲ ਸ਼ੁਕਰੀਆ ਜੀ ਮਹਾਰਾਜ ਕਰਿਓ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਾਰੇ ਜਣੇ ਟਾਈਆਂ ਪੈਣੀਆਂ ਵੀਰੇ ਟਾਈਆਂ ਜਿੱਤ ਗਈਆਂ ਜੀ ਟੀਮ ਲੋਪੋ ਵਾਲੇ ਮੁੰਡੇ ਜਿੱਤ ਗਏ ਲੋਪੋ ਵਾਲੇ ਮੁੰਡੇ ਕਰਾਇਓ ਕਰਾ ਮੁੰਡੇ ਉਹ ਮੈਚ ਕਿਹੜੀ ਟੀਮ ਦਾ ਬਾਕੀ ਹੈ ਮੈਚ ਰਵਿੰਦਰ ਰਾਈਆਂ ਜੀ ਇਹ ਟੀਮਾਂ ਵੀਰੇ ਦੋ ਨੰਬਰ ਗਰਾਊਂਡ ਦੇ ਵਿੱਚ ਆਉਂਦੀ ਵੈਲੀ ਭੈਰੋ ਮੰਨਾ ਤੇ ਰਾਈਆਂ ਇਹ ਟੀਮਾਂ ਦੇ ਖਿਡਾਰੀ ਵੀਰੇ ਦੋ ਨੰਬਰ ਗਰਾਊਂਡ ਦੇ ਵਿੱਚ ਆ ਜਾਣਗੇ ਹੈਲੋ ਵੀਰੇ ਕਿਹੜੀ ਟੀਮ ਜਿੱਤੀ ਹੈ ਜੀ ਦੋ ਚੋ ਲੋਪੋ ਤੇ ਲੋਹਾਰੇ ਤੋਂ ਕੌਣ ਜਿੱਤਿਆ ਢਿੱਲੋਂ ਸਾਹਿਬ ਲੋਪੋ ਲੋਪੋ ਵਾਲੇ ਜਿੱਤ ਗਏ ਠੀਕ ਹੈ ਜੀ ਕੁਲਵਿੰਦਰ ਵਧੀਆ ਵਧੀਆ ਬਾਈ ਪਟਾਕੇ ਆ ਮੈਚ ਵੀ ਪੂਰੇ ਪੈਣੇ ਮਿੱਤਰ ਪਿਆਰਿਓ ਵੀਰੇ ਆਓ ਜੀ ਭੈਰੋ ਮੰਨਾ ਵੈਲੀ ਦੀ ਟੀਮ ਆ ਗਈ ਆ ਰਾਈਆਂ ਦੀ ਟੀਮ ਕਿੱਥੇ ਰਾਈਆਂ ਵਾਲੇ ਮੁੰਡੇ ਰਾਈਆਂ ਦੀ ਟੀਮ ਹੱਥ ਚੱਕ ਦੋ ਜੀ ਆ ਗਏ ਤਾਂ ਬਾਈ ਦੋ ਚ ਦੀ ਟੀਮ ਆ ਗਈ ਆ ਰਾਈਆਂ ਲਾਸਟ ਗੱਲ ਆ ਰਾਈਆਂ ਦੀ ਟੀਮ ਕੱਟ ਦੇਣੀ ਆ ਵੀਰ ਜੀ ਡਗੋਰਾ ਦੀ ਬੀ ਟੀਮ ਕਿੱਥੇ ਆ ਡਗੋਰਾ ਬੀ ਡਗੋਰਾ ਬੀ ਦੇ ਖਿਡਾਰੀ ਤੇ ਭੈਰੋ ਮੰਨਾ ਪੰਮਾ ਪਹਿਲੀ ਵਾਰੀ ਪੰਬੇ ਦੀ ਟੀਮ ਹੈਗੀ ਆਪਣੀ ਠੀਕ ਹੈ ਜੀ ਡਗੋਰਾ ਬੀ ਦੀ ਟੀਮ ਕਿੱਥੇ ਆ ਡਗੋਰਾ ਵਾਲੇ ਮੁੰਡੇ ਇਹ ਟੀਮਾਂ ਦੋ ਦੇ ਨੇੜੇ ਆਓ ਡਗੋਰਾ ਬੀ ਤੇ ਭੈਰੋ ਮੰਨਾ ਪੰਮਾ ਰਾਈਆਂ ਦੀ ਟੀਮ ਨੂੰ ਲਾਸਟ ਗੱਲ ਹੈ ਜੀ ਰਾਈਆਂ ਵਾਲੇ ਮੁੰਡੇ ਨੋਟ ਕਰ ਲਓ ਕਲਵੰਤ ਵਧੀਆ ਵਧੀਆ ਜੀ ਕੁਲਵਿੰਦਰ
ਉਹ ਅਗਲੇ ਰਾਉਂਡ ਤੇ ਜੀ, ਅਗਲੇ ਰਾਉਂਡ ਤੇ ਮਹਾਰਾਜ ਰਾਜਾ ਦੀ ਟੀਮ ਨੇ ਨਹੀਂ ਆਈ ਬਾਈ ਜੀ, ਭੈਰੋ ਮੁੰਡਾ ਵੈਲੀ ਜੇਤੂ ਹੈ ਜੀ, ਰਾਈਆ ਕੱਟੀ ਗਈ ਹੈ, ਵੈਲੀ ਜੇਤੂ ਹੋ ਤੁਸੀਂ, ਇੱਕ ਰੈਫਰੀ ਲਾ ਲਓ ਤੁਹਾਡੀ ਟੀਮ ਦਾ, ਠੀਕ ਹੈ ਜੀ, ਭੈਰੋ ਮੁੰਡਾ ਪੰਮਾ ਤੇ ਨਗੋਰਾ ਬੀ ਏ ਆਓ, ਦੋ ਚ ਟੀਮਾਂ, ਭੈਰੋ ਮੁੰਡਾ ਪੰਮਾ ਤੇ ਨਗੋਰਾ ਦੀ ਬੀ ਟੀਮ, ਪੰਮੇ ਦੀ ਟੀਮ ਕਿੱਥੇ ਆ, ਖੜੇ ਹੋ ਗਰਾਊਂਡ ਚ, ਤੇ ਨਗੋਰਾ ਬੀ ਲਾਸਟ ਕਾਲ ਹੈ, ਨਗੋਰਾ ਬੀ ਕੱਟਾਂਗੇ ਜੀ। ਨਾਲ ਹੀ ਵੀਰੇ ਜਿਹੜਾ ਭਨਿਆਰੀ ਬਾਗੜੀ ਦਾ ਮੈਚ ਸੀਗਾ ਖਾਲਸਾ ਕਲੱਬ ਦੇ ਨਾਲ, ਉਹ ਸਾਰੇ ਦੇ ਸਾਰੇ ਮੁੰਡੇ ਛੋਟੇ ਬੱਚੇ ਨੇ ਸਕੂਲ ਚੋਂ ਆਇਆ ਹੋਣੇ, ਬਾਗੜੀ ਮੈਚ ਖੇਡ ਲਏ, ਉਸ ਤੋਂ ਬਾਅਦ ਮੇਰਾ ਵੀਰ ਜਿਹੜਾ ਵੀ ਗਰਾਊਂਡ ਵਿਹਲਾ ਹੁੰਦਾ ਫੌਜੀ ਮੈਚ ਖੇਡ ਲਏ, ਮੁੰਡਿਆਂ ਨਾਲ ਮੈਚ ਹੈ ਤੁਹਾਡਾ, ਇੱਕ ਤੋਂ ਬਾਅਦ ਇੱਕ ਮਿੰਟ ਖੜੀ ਬਣਾਇਆ, ਇੱਕ ਮਿੰਟ ਕਲਵੰਤ ਸਿੱਧੂ, ਹਾਂਜੀ ਹਾਂਜੀ ਵੇਟ ਕਰਿਓ ਜੀ ਮਹਾਰਾਜ, ਨਗੋਰਾ ਦੀ ਬੀ ਟੀਮ, ਨਗੋਰਾ ਦੀ ਬੀ ਟੀਮ ਦਾ ਮੈਚ ਹੈ, ਨਗੋਰਾ ਦੀ ਬੀ ਟੀਮ ਵਾਲੇ ਆ ਗਏ, ਪਹਿਲਾਂ ਕਿੱਥੇ ਸੀ ਬਾਈ ਯਾਰ, ਇੰਡੀਆ ਤਾਂ ਆਵਾਜ਼ਾਂ ਮਾਰੀ ਜਾਂਦੇ ਆ, ਜਾਂ ਪਰਲੇ ਪਾਸੇ ਮੇਰੇ ਸ਼ੁਰੂ ਕਰਾ ਜਾ ਮੈਚ, ਰਾਈਆਂ ਦੀ ਟੀਮ ਕਿੱਥੇ ਆ ਬਈ, ਕਿੱਥੇ ਆ ਗਏ ਬਈ ਰਾਈਆਂ ਦੇ, ਖੇਡੋ ਬਈ ਟਾਸ ਮੈਚ ਲਾਓ, ਇਹ ਤੇ ਛਾਂ ਰੱਖਣੀ ਆਪਾਂ, ਹੈਲੋ ਠੀਕ ਆ, ਬਸ ਚਲਾਓ ਮੈਚ ਵੀਰ ਜੀ, ਬਾਲ ਇੱਕਦਮ ਗੋਲੀਆਂ ਗਵਾਉਂਦੀਆਂ, ਬਾਲ ਸਾਰਾ ਕੁਝ ਖਿਲਰ ਜੂ ਨਹੀਂ ਆਪਣਾ, ਦੋ ਨੰਬਰ ਦੇ ਰੈਫਰੀ ਆਓ ਜੀ, ਲੋਕੋ ਦੀ ਟੀਮ ਦਾ, ਲੋਕੋ ਵਾਲੇ ਮੁੰਡੇ ਜਿੱਤੇ ਆ, ਦੋ ਤੇ ਰੈਫਰੀ ਲਾ ਦੋ, ਲੋਕੋ ਦੀ ਟੀਮ, ਇਹਨੂੰ ਨਾ ਬਰਾਈ ਚੰਗਾ ਬਣਾ ਬਣਾ ਉਧਰ ਜਾ ਕੇ, ਨਹੀਂ ਵੀ ਸੋਇਦਾ ਹੋਈਆਂ ਤਿੰਨ ਵਜੇ ਫਿਰ, ਫਿਰ ਲੋਕੋ ਦੀ ਟੀਮ ਦਾ ਇੱਕ ਰੈਫਰੀ ਆ ਜਾਏ, ਦੋ ਨੰਬਰ ਗਰਾਊਂਡ ਦੇ ਲੋਕੋ ਦਾ ਇੱਕ ਰੈਫਰੀ ਆ ਜਾਏ ਜਲਦੀ, ਦੋ ਦੇ ਰਾਈਆਂ ਦੀ ਟੀਮ ਵੀ ਖੜੀ ਹੈ, ਵੈਲੂ ਵੀ ਖੜੇ ਨੇ, ਮੈਚ ਚਲਾਓ, ਇੱਕ ਰੈਫਰੀ ਆਓ ਲੋਕੋ ਵਾਲਾ ਵੀਰ ਸਾਡਾ, ਵੀਰੇ ਲੋਕੋ ਦਾ ਰੈਫਰੀ ਆਓ ਬੱਜੀ ਜੀ, ਨਾਲ ਹੀ ਜਿਹੜੇ ਛੇ ਮੈਚ ਆਏ ਹੈ ਐਕਸਟਰਾ ਮੈਚ ਨੇ ਜਿਹੜੇ, ਉਹ ਟੀਮਾਂ ਆਪੋ ਆਪਣੇ ਮੈਚ ਨੋਟ ਕਰ ਲੈਣ, ਪਹਿਲਾ ਮੈਚ ਹੈ ਆਦਮਪੁਰਾ ਮੋਹਣਾ ਤੇ ਦੀਪ ਸਿੰਘ ਵਾਲਾ, ਆਦਮਪੁਰਾ ਮੋਹਣਾ ਤੇ ਦੀਪ ਸਿੰਘ ਵਾਲਾ ਬਹੁਤ ਵੱਡੀ ਟੱਕਰ ਹੋਣੀ ਹੈ, ਪੰਜੇਟਾ ਸੁੱਖ ਖੇਡੂਗੀ, ਗੁਰਦੀਪ ਗਿੱਲ ਮੇਜਰ ਬਰਾੜ ਕਲੱਬ ਫਿਰੋਜ਼ਸ਼ਾਹ ਦੀ ਬੀ ਟੀਮ ਦੇ ਨਾਲ, ਪੰਜੇਟੇ ਸੁੱਖ ਨੇ ਖੇਡਣਾ ਹੈ, ਖਾਲਸਾ ਕਲੱਬ ਦੇ ਭਨਿਆਰੀ ਬਾਗੜੀ ਕੋ ਜਿਹੜੀ ਟੀਮ ਜਿੱਤ ਗਈ ਉਹਦਾ ਮੈਚ ਹੈ ਗਿੱਲਾਂ ਦੀ ਬੀ ਟੀਮ ਦੇ ਨਾਲ, ਜਿਹੜਾ ਤਿੰਨ ਨੰਬਰ ਗਰਾਊਂਡ ਚ ਮੈਚ ਚੱਲਦਾ ਇਹਦੀ ਜੇਤੂ ਟੀਮ ਖੇਡੇਗੀ, ਦਵਿੰਦਰ ਬਰਾੜ ਕਲੱਬ ਯੂ ਐਸ ਏ ਭਨਿਆਰੀ ਸ਼ਾਲੂ ਦੇ ਨਾਲ, ਜਿਹੜਾ ਤਿੰਨ ਚੋਂ ਜਿੱਤ ਗਿਆ ਗੁਜਰਾਂ ਤੇ ਆਦਮਪੁਰਾ ਜੀਤ ਚੋਂ, ਉਹਨੇ ਖੇਡਣਾ ਭਨਿਆਰੀ ਸ਼ਾਲੂ ਦੀ ਟੀਮ ਦੇ ਨਾਲ, ਲੋਕੋ ਦਾ ਮੈਚ ਹੈ ਕਾਲੀ ਵਾਲਾ ਫਿਰੋਜ਼ਪੁਰ ਚੁੱਗੇ ਤੇ ਭੱਟੀਆਂ, ਇਹ ਮੈਚ ਸਾਰੀਆਂ ਟੀਮਾਂ ਨੋਟ ਕਰ ਲੈਣ, ਜਿਹੜੇ ਛੇ ਮੈਚ ਨੇ, ਦੋ ਦੇ ਰੈਫਰੀ ਆਇਆ ਕਿ ਨਹੀਂ ਲੋਕੋ ਦਾ, ਬਾਈ ਯਾਰ ਲੋਕੋ ਵਾਲੇ ਰੈਫਰੀ ਕਿਉਂ ਨਹੀਂ ਲਾਉਂਦੇ ਬਾਈ,
ਉੱਥੇ ਆ ਜਾ ਨਵੀਂ ਜੀ ਨੇ ਖੇਡਣਾ ਜਾਂ ਨਹੀਂ ਦੱਸੋ ਮੇਰਾ ਭਾਈ ਕਰ ਦਈਏ ਕੱਟੋ ਜੀ ਵਧੋ ਅੱਗੇ ਭੈਰੋ ਮੁੰਡਾ ਪੰਮਾ ਦੇ ਡਗੋਰਾ ਬੀ ਬਾਈ ਦੀ ਆਓਗੇ ਨਾ ਦੋ ਨੰਬਰ ਗਰਾਊਂਡ ਚ ਭੈਰੋ ਮੁੰਡਾ ਪੰਮਾ ਦੇ ਡਗੋਰਾ ਬੀ ਨਵੀਂ ਗੁਰੀ ਬੀ ਟੀਮ ਕਿਹੜੀ ਹੈ ਭੇਜੋ ਮੇਰਾ ਵੀਰ ਆਓ ਜੀ ਜਲਦੀ ਨਾਲ ਕੋਚ ਸਾਹਿਬ ਆਪ ਹੋਇਆ ਮੁਰੇ ਆਓ ਜੀ ਜਲਦੀ ਨਾਲ ਬਾਈ ਜੀ ਭੈਰੋ ਮੁੰਡਾ ਪੰਮੇ ਦੀ ਟੀਮ ਹੱਥ ਖੜਾ ਕਰੋ ਜੀ ਲਵੀ ਪਹਿਲੀ ਆ ਗਏ ਮੁੰਡੇ ਮੈਟ ਕਢਾ ਦੋ ਮੇਰਾ ਵੀਰ ਮੈਂ ਹੱਥ ਤੱਕ ਬਾਲ ਫੜਨੀ ਆ ਬੈਲੀ ਬਈ ਮੈਟ ਕਢਾ ਦੋ ਜੀ ਕਰਾਓ ਮੇਰਾ ਵੀਰ ਮੈਟ ਆਦਮਪੁਰਾ ਮੋਹਣਾ ਤੇ ਦੀਪ ਸਿੰਘਲ ਦੀਆਂ ਟੀਮਾਂ ਇਦੋਂ ਬਾਅਦ ਵੀਰੇ ਦੋ ਨੰਬਰ ਗਰਾਊਂਡ ਤੇ ਆਉਣਗੀਆਂ ਜੀ ਆਦਮਪੁਰਾ ਮੋਹਣਾ ਤੇ ਦੀਪ ਸਿੰਘਲ ਇਹ ਟੀਮਾਂ ਦੋ ਨੰਬਰ ਗਰਾਊਂਡ ਦੇ ਵਿੱਚ ਆਉਣਗੇ ਤੋਂ ਬਾਅਦ ਮੈਂ ਬੇਨਤੀ ਕਰਦਾ ਵੀਰਾਂ ਨੂੰ ਲੈ ਵੀ ਕਾਲੀ ਵਾਲਾ ਫਿਰੋਜ਼ਪੁਰ ਤੇ ਲੋਕੋ ਦੀਆਂ ਟੀਮਾਂ ਚਾਰ ਨੰਬਰ ਗਰਾਊਂਡ ਤੇ ਆਓ ਜਲਦੀ ਦੇ ਨਾਲ ਕਾਲੀ ਵਾਲਾ ਫਿਰੋਜ਼ਪੁਰ ਤੇ ਲੋਕੋ ਦੀਆਂ ਟੀਮਾਂ ਵੀਰੇ ਚਾਰ ਨੰਬਰ ਗਰਾਊਂਡ ਦੇ ਵਿੱਚ ਆਉਣਗੀਆਂ ਜੀ ਕਾਲੀ ਵਾਲਾ ਫਿਰੋਜ਼ਪੁਰ ਤੇ ਲੋਕੋ ਵਾਲੇ ਮੁੰਡੇ ਚਾਰ ਨੰਬਰ ਗਰਾਊਂਡ ਦੇ ਵੀਰੇ ਦੋ ਮਿੰਟ ਦਾ ਟਾਈਮ ਆ ਜੀ ਡਾਊ ਕੌਣ ਜਿੱਤ ਗਿਆ ਕਾਪੀ ਦੇ ਕੇ ਦੱਸੀ ਮੇਰਾ ਵੀਰ ਉੱਥੋਂ ਹੈਲੋ ਵੀਰੇ ਲੋਕੋ ਦੀ ਟੀਮ ਦੇ ਕਾਲੀ ਵਾਲਾ ਫਿਰੋਜ਼ਪੁਰ ਤਲਵੰਡੀ ਸਾਧੋ ਠੀਕ ਹੈ ਜੀ ਵੀਰੇ ਕਾਲੀ ਵਾਲਾ ਫਿਰੋਜ਼ਪੁਰ ਦੀ ਟੀਮ ਦੇ ਲੋਕੋ ਇੱਕ ਮਿੰਟ ਦਾ ਟਾਈਮ ਆ ਵੀਰੇ ਬਾਅਦ ਜਿਹੜਾ ਟੀਮਾਂ ਇਤਰਾਜ ਕਰਨਗੀ ਭੈਰੋ ਮੰਨਾ ਪੰਮੇ ਦੀ ਟੀਮ ਆ ਗਈ ਵੀਰੇ ਭੈਰੋ ਮੰਨਾ ਪੰਮਾ ਡਿਗੋਰਾ ਬੀ ਵਾਲੇ ਮੁੰਡੇ ਵਹਿਲੀ ਪਹਿਲੇ ਭਰਾ ਬਣ ਕੇ ਕਰਾਓ ਮੈਚ ਇੱਕ ਰਹਿਣਾ ਫੜੋ ਪਹਿਲਾਂ ਬਾਲ ਟਾਸ ਕਰਾਈਏ ਆਪਾਂ ਵਹਿਲੀ ਵੀਰੇ ਕਰਾਓ ਯਾਰ ਮੈਚ ਬਾਈ ਕਿੰਨਾ ਕਿੰਨਾ ਟਾਈਮ ਆਪਾਂ ਦੇਖੋ ਮੈਚ ਸ਼ੁਰੂ ਕਰਨ ਤੋਂ ਪਹਿਲਾਂ ਹੀ ਖਰਾਬ ਕਰ ਦਿੰਦੇ ਹਾਂ ਬਾਲ ਨੂੰ ਫੜ ਲਈ ਆਪਾਂ ਯਾਰ ਬਾਈ ਬਾਲ ਨਾ ਚਲਾਇਓ ਜੀ ਆਓ ਜੀ ਮੈਚ ਸ਼ੁਰੂ ਕਰਾਓ ਵੀਰੇ ਬੇਨਤੀ ਹੈ ਮੇਰੀ ਚੱਲ ਕੋਈ ਮੈਨੂੰ
ਕਨੇਡਾ ਸੁੱਖ ਦੇ ਬਈ ਫਰੋਸ਼ਾ ਵੀ ਆਉਦੀ ਕਿਹੜਾ ਤਿੰਨ ਬਲ ਗਰਾਊਂਡ ਚ ਫਰੋਸ਼ਾ ਵੀ ਦੇ ਬਈ ਕਨੇਡਾ ਸੁੱਖ ਦੀਆਂ ਟੀਮਾਂ ਇਹ ਦੋਵੇਂ ਟੀਮਾਂ ਬਈ ਆਊਟ ਹੋਦੀ ਨਾ ਬੇਨਤੀ ਹੈ ਮੇਰੀ ਤਿੰਨ ਨੰਬਰ ਗਰਾਊਂਡ ਜਾਣਗੀਆਂ ਦੋਵੇਂ ਟੀਮਾਂ ਕਨੇਡਾ ਸੁੱਖ ਤੇ ਫਰੋਸ਼ਾ ਵੀ ਹੈਲੋ ਸੋਧਰ ਜਤਿੰਦਰ ਆ ਵੀਰ ਸਾਡਾ ਬੈਠਾ ਵਿੱਚ ਕਨੇਡਾ ਦੇ ਭਰਾ ਸਾਡਾ ਕਹਿ ਰਿਹਾ ਵੀ ਖੰਜਰ ਵਾਲੀ ਆ ਕਾਲਾ ਜੇਕਰ ਅੱਜ ਡਿਨਰ ਸੈੱਟ ਜਿੱਤ ਜਾਂਦਾ ਲੱਕੀ ਡਰਾ ਤੇ ਇੱਕ ਬਾਈ ਜਤਿੰਦਰ ਕਹਿੰਦਾ ਵੀ ਐਕਸਟਰਾ ਨਾਮ ਆਪਾਂ ਦੇ ਦਿਆਂਗੇ ਖੰਜਰ ਵਾਲੀ ਕਾਲੇ ਦੇ ਲਈ ਵੱਡੇ ਮਾਣ ਸਨਮਾਨ ਹੋਣਗੇ ਜੇ ਡਿਨਰ ਸੈੱਟ ਜਿੱਤ ਗਿਆ ਤੇ ਜਤਿੰਦਰ ਬਾਈ ਕਹਿੰਦਾ ਬ੍ਰੇਕਫਾਸਟ ਵਾਲਾ ਸੈੱਟ ਆਪਾਂ ਦੇ ਦਿਆਂਗੇ ਖੰਜਰ ਵਾਲੀ ਕਾਲੇ ਦੇ ਲਈ ਵਿਸ਼ੇਸ਼ ਜਿਹੜੀ ਛੋਟ ਹੈ ਮੈਂ ਵੀ ਕਹਾਂਗੇ ਤੂੰ ਡਿਨਰ ਸੈੱਟ ਜਿੱਤ ਗਿਆ ਲੰਚ ਸੈੱਟ ਹੁੰਦਾ ਕੋਈ ਉਹ ਜਤਿੰਦਰ ਆਪੇ ਕਰ ਦੂ ਹਿਸਾਬ ਤੇ ਕਾਲੀਆ ਫਰੋਡਰ ਦੀ ਟੀਮ ਆ ਗਈ ਵੀਰੇ ਬਹੁਤ ਸ਼ੁਕਰੀਆ ਜੀ ਲੋਪੋ ਵਾਲੇ ਮੁੰਡੇ ਕਿੱਥੇ ਆ ਜੀ ਲੋਪੋ ਦੀ ਟੀਮ ਇੱਕ ਮਿੰਟ ਦਾ ਟਾਈਮ ਹੀ ਆ ਜਾਓ ਗਰਾਊਂਡ ਨੰਬਰ ਚਾਰ ਤੇ ਵੀਰੇ ਤਲਵੰਡੀ ਸਾਬੋ ਦੀ ਟੀਮ ਪਹਿਲਾਂ ਜਿੱਤੀ ਆ ਚਾਰ ਨੰਬਰ ਗਰਾਊਂਡ ਜਿੱਤ ਕੇ ਮੈਚ ਕਰਾ ਕੇ ਜਾਓ ਚਾਰ ਨੰਬਰ ਗਰਾਊਂਡ ਦੇ ਵਿੱਚ ਮੈਂ ਬੇਨਤੀ ਕਰਦਾ ਤਲਵੰਡੀ ਸਾਬੋ ਵਾਲੇ ਮੁੰਡਿਆਂ ਨੂੰ ਤੇ ਮੈਚ ਕਰਾ ਦੋ ਆਗੇ ਜੀ ਔਰ ਨਾਲ ਹੀ ਇਸ ਤੋਂ ਬਾਅਦ ਦੋ ਨੰਬਰ ਗਰਾਊਂਡ ਤੇ ਅਗਲਾ ਮੈਚ ਖੇਡਣ ਦੇ ਲਈ ਆਦਮਪੁਰਾ ਮੋਹਣਾ ਤੇ ਵੀਰ ਸਿੰਘ ਅਗਲਾ ਮੈਚ ਬਹੁਤ ਅੱਗੇ ਨਿਕਲਣੀ ਮੁੰਡਿਓ ਫਰੋਸ਼ਾ ਵੀ ਹੈ ਗੁਰਦੀਪ ਗਿੱਲ ਐਂਡ ਮੇਜਰ ਧੂਰ ਕਲੱਬ ਦੀ ਟੀਮ ਇਸ ਤੋਂ ਬਾਅਦ ਗਰਾਊਂਡ ਨੰਬਰ 3 ਦੇ ਨੇੜੇ ਆ ਗਏ ਹਾਂਜੀ ਵੀਰੇ ਪੰਜੇਟਾ ਸੁੱਖ ਦੀ ਟੀਮ ਐਨ ਨਜ਼ਾਰੇ ਬਣਨਗੇ ਉੱਡਣਗੇ ਡੋਰੀਏ ਬਹੁਤ ਤਕੜੇ ਮੈਚ ਬਣ ਗਏ ਆ 21-22 ਮੈਚ ਬਾਕੀ ਆ ਸਾਰੇ ਫਾਈਨਲ ਤੱਕ ਬਾਈ ਟੀਮਾਂ 21 ਮੈਚ ਬਾਕੀ ਆ ਬਾਈ ਲੈ ਲਿਆ ਕੰਮ 9 ਵਜੇ ਨੂੰ ਫਾਈਨਲ ਹੋ ਜਾਣਾ ਅੱਜ ਜਸਪਾਲ ਮੰਗਰ ਦਾ ਆਦਮਪੁਰ ਦਾ ਮੈਚ ਇੱਥੇ ਹੋਣਾ ਵੀਰੇ ਇੱਥੇ ਹੋਣਾ ਬਾਲ ਬਹਾਦਰ ਬਹੁਤ ਤਕੜਾ ਮੈਚ ਹੈ ਦੀਪ ਸਿੰਘ ਦੇ ਨਾਲ ਟੀਮਾਂ ਧਿਆਨ ਕਰਨਗੇ ਜੀ ਦੋ ਨੰਬਰ ਟੀਮ ਨੂੰ ਕਰਨੇ ਤੇ ਜਾਣਗੇ ਜੀ ਤਲਵੰਡੀ ਸਾਬੋ ਵਾਲੇ ਮੁੰਡੇ ਵੀ ਆ ਗਏ ਨੇ ਲੈ ਵੀ ਫਰੋਵਾਲ ਮੇਰਾ ਵੀ ਬਣ ਕੇ ਕਰਾਈਏ ਮੈਚ ਸ਼ੁਰੂ ਆਪਾਂ ਇੱਕ ਨੰਬਰ ਗਰਾਊਂਡ ਤੇ ਇਸ ਤੋਂ ਬਾਅਦ ਟੀਮਾਂ ਆਉਣਗੀਆਂ ਖਾਲਸਾ ਕਲੱਬ ਦੇ ਭਣਿਆਰੀ ਬਾਗੜੀ ਦੋ ਨੰਬਰ ਗਰਾਊਂਡ ਦੇ ਵਿੱਚ ਅਗਲਾ ਮੈਚ ਖੇਡਣ ਦੇ ਲਈ ਹੈ ਆਦਮਪੁਰਾ ਮੋਹਣੇ ਦੀ ਟੀਮ ਤੇ ਵੀਰ ਸਿੰਘ ਵਾਲਾ ਤਿੰਨ ਨੰਬਰ ਗਰਾਊਂਡ ਵਿੱਚ ਫਰੋਸ਼ਾ ਵੀ ਤੇ ਪੰਜੇਟਾ ਸੁੱਖ ਇਹ ਜਿਹੜੇ ਆਪਣੇ ਕੋਲੇ ਅਗਲੇ ਮੈਚ ਆਪਾਂ ਬੋਲ ਦਿੱਤੇ ਆ ਮੇਰੀ ਬੇਨਤੀ ਹੈ ਟੀਮਾਂ ਸਾਡਾ ਸਾਥ ਦੇਣਗੀਆਂ ਲਓ ਸਾਹਮਣੇ ਗਰਾਊਂਡ ਨੰਬਰ 1 ਤੇ ਵੀ ਹੈ ਬੜਾ ਟੌਪ ਦਾ ਮੈਚ ਖੇਡਿਆ ਜਾ ਰਿਹਾ ਹੈ ਦੱਸ ਵੀ ਫੌਜੀਆ ਕਿੰਨੇ ਕਿੰਨੇ ਨੰਬਰ ਹੈ ਗਰਾਊਂਡ ਨੰਬਰ 1 ਦੇ ਟੌਪ ਦੀਆਂ ਟੀਮਾਂ ਵੀ ਹੈ ਕਹਿੰਦੇ ਵੱਡੀ ਟੱਕਰ ਹੈ ਕੌਣ ਗਿਰਦਾ ਤੇ ਕੌਣ ਸਿੱਖਦਾ ਇੱਕ ਸੁਣੀ ਸੋਰੀ ਯਾਰ ਅਸਲੀ ਹੋਣਗੇ ਵੈਰੀ ਸੋਰੀ ਹਾਂ ਫੌਜੀ ਬੈਂਚ ਹੀ ਬੜਾ ਇਧਰੋਂ ਆਪਣਾ ਉੱਚਾ ਨੀਵਾਂ ਜਾ ਯਾਰ ਬੋਲਦੇ ਸਮਝ ਲੱਗ ਗਈ ਸਾਨੂੰ ਹਾਂਜੀ ਹਾਂਜੀ ਗੁਰਪ੍ਰੀਤ ਗੱਲ ਸਿੱਧੂ ਦਾ ਮੈਚ ਅਗਲਾ ਵੀਰੇ ਆਦਮਪੁਰੇ ਜਾ ਆਦਮਪੁਰੇ ਤੇ ਸਲੇਮ ਸ਼ਾਹ ਸਿੱਧੂ 16 ਤੇ 6 ਆਦਮਪੁਰੇ ਜਾ 16 ਤੇ 6 ਅਗਲੇ ਮੈਚ ਬਹੁਤ ਲਾੜਵਾਜ਼ ਨੇ ਮੇਰੇ ਮਿੱਤਰ ਬਹੁਤ ਲਾੜਵਾਜ਼ ਨੇ ਆਏ ਟੌਪ ਰਿਹਾ
ਚੜਦੇ ਵੱਡੇ ਪਾਣੀ ਛਿੜਕਣਾ ਯਾਰ ਕੀ ਮੈਂ ਸੁਖ ਸੁਣਾਵਾ ਜਿੱਥੇ ਰੱਬ ਵਰਗੀਆਂ ਮਾਵਾਂ ਧਰਤੀ ਪੰਗ ਮੇਰਾ ਸ਼ਰਬਤ ਵਰਗਾ ਪਾਣੀ ਹਰ ਉੱਧਰ ਭਰਾ ਸਾਡਾ ਸੁਖੀ ਅਟਵਾਲ ਕਹਿੰਦਾ ਵੀ ਹਣੀ ਜਿੰਨੇ ਵੀ ਨੰਬਰ ਜੋੜਦਾ ਮੁੰਡਾ ਜਿਹੜਾ ਨਿੱਟ ਤੇ ਖੇਡਦਾ ਗੁੱਜਰਾਂ ਦੀ ਟੀਮ ਲਈ ਹੈ ਉਹਦੇ 100-100 ਦਿੱਤੇ ਜਾਣਗੇ ਹੈ ਸੁਖੀ ਅਟਵਾਲ ਸਾਡਾ ਵੀਰ ਕਹਿ ਰਿਹਾ ਹੈ ਵੀ ਜਿੰਨੇ ਨੰਬਰ ਜੋੜੂਗਾ ਹਣੀ ਨਿੱਟ ਦੋ 100-100 ਦੇ ਨਾਲ ਆਪਾਂ ਸਨਮਾਨ ਜਿਹੜੇ ਕਰ ਦਿਆਂਗੇ ਹੈ ਮੈਚ 3 ਨੰਬਰ ਗਰਾਊਂਡ ਤੋਂ ਵੀ ਹੈ ਬੜਾ ਤਗੜਾ ਖੇਡਿਆ ਜਾ ਰਿਹਾ ਹੈ ਆਓ ਤਲਵੰਡੀ ਵਾਲਾ ਕਹਿੰਦੇ ਜੀਤ ਟਰਾਈ ਕਰਦਾ ਹੈ ਜ਼ਿਲ੍ਹੇ ਬਰਨਾਲੇ ਦਾ ਕਹਿੰਦੇ ਤਲਵੰਡੀ ਦੇ ਮੰਜੂ ਦੇ ਪਿੰਡ ਦੋ ਲਾਗੇ ਲਾਗੇ ਰਹਿੰਦੇ ਪਿੰਡ ਹੈ ਪਰ ਮੰਜੂ ਕੀ ਤਲਵੰਡੀ ਦੇ ਕਰਕੇ ਤਲਵੰਡੀ ਪਿੰਡ ਪ੍ਰਸਿੱਧ ਹੋਇਆ ਹੈ ਪਰ ਆਹ ਮੁੰਡਿਆਂ ਦੀ ਵਾਲੀਬਾਲ ਖੇਡ ਖੇਡ ਕੇ ਦੁਨੀਆਂ ਭਰ ਦੇ ਚਰਚੇ ਕਰਵਾਈ ਨਹੀਂ ਹੈ ਐ ਵੀ ਤਲਵੰਡੀ ਵਾਲਿਆਂ ਜੀ ਮੈਚ ਜਿੱਤੇ ਗੱਲ ਫੇਰ ਟਿਕਾਣੇ ਲੱਗਦੀ ਹੈ ਰਾਜਪ੍ਰੀਤ ਖੇਡਦਾ ਹੈ ਜਿਹੜੇ ਅਗਲੇ ਮੈਚ ਅੱਗ ਨਿਕਲੀ ਪੂਰੀ ਬਹੁਤ ਤਗੜਾ ਮੈਚ ਆਦਮਪੁਰੇ 'ਚ ਖੇਡਦਾ ਸਿੱਧੂ ਸਲੀਮ ਸ਼ਾਹ ਵੀਰ ਸਿੰਘ ਵਾਲੇ 'ਚ ਕਾਲਾ ਖੰਜਰ ਵਾਲੀ ਆ ਬਹੁਤ ਤਗੜਾ ਮੈਚ ਲੈਣਾ ਅੱਗ ਮੈਚ ਲੱਗਣਾ ਪੂਰਾ ਟੌਪ ਦਾ ਸਕੀਰਤ ਔਜਲਾ ਵਧੀਆ ਵਧੀਆ ਨਵਦੀਪ ਸੇਖਾ ਬਹੁਤ ਧੰਨਵਾਦ ਜਗਦੇਵ ਥੈਂਕ ਯੂ ਰੇ ਵੰਸ਼ ਆਨੰਦ ਲੁਧਿਆਣਾ ਨੈਕਸਟ ਮੈਚ ਆ ਬਾਈ ਇਹਨਾਂ ਦਾ ਕਿੰਨੇ ਕੁ ਮੈਚ ਨੰਬਰ ਬਾਕੀ ਇੱਧਰ ਲਾਸਟ ਆ ਗਿਆ ਆਓ ਵੀਰੇ ਖਾਲਸਾ ਕਲੱਬ ਵਾਲੇ ਮੁੰਡੇ ਗਰਾਊਂਡ ਨੰਬਰ 1 ਦੇ ਨੇੜੇ ਆਓ ਜੀ ਮੈਚ ਸਮਾਪਤ ਹੈ ਖੰਜਰਵਾਲ ਦੀ ਟੀਮ ਜਿੱਤ ਗਈ ਹੈ ਜੀ ਖਾਲਸਾ ਕਲੱਬ ਦੇ ਭਣਿਆਰੀ ਬਾਗੜੀ ਫੌਜੀ ਖੇਡੋ ਮੈਚ ਮੇਰਾ ਵੀਰ ਬਣ ਕੇ ਪਿੰਦਰ ਮੈਚ ਕਰਾ ਦਿਓ ਮੇਰਾ ਵੀਰ ਆਜੂ ਧਾਲੀਵਾਲ ਉਹ ਸ਼ੂਟਿੰਗ ਵਾਲੀਵਾਲ ਦੇ ਆਖਰੀ ਮੈਚ ਤੇ ਚੱਲਦਾ ਵੀਰੇ ਸਾਰੇ ਦੇ 17 ਪੁਆਇੰਟਾਂ ਤੇ ਹੋਣਗੇ ਸ਼ੂਟਿੰਗ ਵਾਲੀਵਾਲ ਦੇ ਆਖਰੀ ਪ੍ਰੀਤਲਵ ਸਾਰੇ ਵੀਰ ਥੈਂਕ ਯੂ ਖਿੱਚਿਓ ਕੰਮ ਨੂੰ ਪ੍ਰੀਤਲਵ ਇੱਧਰ ਦੀ ਬੱਚੋ ਹਾਂ ਵੈਰੀ ਗੁੱਡ ਬੋਏ ਲੈ ਵੀ ਇੱਧਰ ਕੌਣ ਜਿੱਤ ਗਿਆ ਜੀ ਅਮਨ ਗੁੱਜਰਾਂ ਜਿੱਤ ਗਈ ਜੀ ਜਿੱਤੇ ਗੁੱਜਰਾਂ ਜਿੱਤ ਗਈ ਓਕੇ ਰਿਪੋਰਟਾਂ ਦੀ ਬਹੁਤ ਬਹੁਤ ਮੁਬਾਰਕਾਂ ਨੇ ਇੱਕ ਰੈਫਰੀ ਆ ਗਿਆ ਮੇਰਾ ਵੀਰ ਆਓ ਜੀ ਫਰੋਸ਼ਾਂ ਦੀ ਬੀ ਟੀਮ ਦੇ ਪੰਜੇਟਾ ਸੁੱਖ ਜੀ ਫਰੋਸ਼ਾਂ ਬੀ ਤੇ ਪੰਜੇਟਾ ਸੁੱਖ ਦੀ ਟੀਮ ਮੇਰੇ ਗਰਾਊਂਡ ਨੰਬਰ 3 ਚ ਆ ਜਾਣ ਮੁੰਡੇ ਮੈਂ ਬੇਨਤੀ ਕਰਦਾ ਵੀਰਾਂ ਨੂੰ ਲੈ ਵੀ ਕੁੜੀ ਆ ਜਾ ਭੱਜ ਕੇ ਤੇਰੇ ਮਾਮੇ ਦਾ ਮੁੰਡਾ ਦੇਖਦਾ ਵੀ ਕਮਾਲ ਕਰਤੀ ਹੈ 500 ਦੇ ਨਾਲ ਵੱਡੇ ਮਾਣ ਹੋਣਗੇ ਆ ਜਾ ਮੇਰਾ ਵੀਰ ਜਿੱਤੇ ਇੱਕ ਰੈਫਰੀ ਲੱਗ ਜੂ ਜੀ ਬਾਲ ਕਿੱਧਰ ਗਈ ਨੰਗੇ ਹੋ ਸ਼ਾਬਾਸ਼ ਮਨਿੰਦਰ ਡੱਲਾ ਵਧੀਆ ਵਧੀਆ ਵੀਰੇ ਅਗਲਾ ਮੈਚ ਹੈ ਵੀਰੇ ਮਨਿੰਦਰ ਉਹਨਾਂ ਦਾ ਨੈਕਸਟ ਮੈਚ ਹੈ ਆਦਮਪੁਰੇ 'ਚ ਸਲੀਮ ਸ਼ਾਹ ਸਿੱਧੂ ਅਤੇ ਦੀਪ ਸਿੰਘ ਵਾਲੇ ਨਾਲ ਮੈਚ ਹੈ ਖੰਜਰ ਵਾਲੀ ਕਾਲਾ ਖੇਡਦਾ ਦੀਪ ਸਿੰਘ ਵਾਲੇ 'ਚ ਬਹੁਤ ਤਕੜਾ ਮੈਚ ਲੱਗਣਾ ਦੂਜੇ ਰਾਊਂਡ ਦਾ ਪੂਰਾ ਟੌਪ ਮੈਚ ਲੱਗਣਾ ਖੰਜਰਾਂ ਦੀ ਟੀਮ ਦਾ ਰੈਫਰੀ ਆ ਗਿਆ ਜੀ ਤੁਸੀਂ ਖੰਜਰਵਾਲ ਠੀਕ ਹੈ ਜੀ ਭਣਿਆਰੀ ਬਾਗੜੀ ਤੇ ਖਾਲਸਾ ਕਲੱਬ ਵਾਲੇ ਮੁੰਡੇ ਆ ਗਏ ਨੇ ਮੈਚ ਸ਼ੁਰੂ ਕਰ ਲਓ ਮੇਰਾ ਵੀਰ ਬਣ ਕੇ ਜਲਦੀ ਦੇ ਨਾਲ ਭਣਿਆਰੀ ਬਾਗੜੀ ਤੇ ਖਾਲਸਾ ਕਲੱਬ
ਮੈਚ ਕਰਾਓ ਸ਼ੁਰੂ ਕਰੇ ਗਲਤੀ ਦੇ ਨਾਲ ਠੀਕ ਹੈ ਜੀ ਲੈ ਵੀ ਖਾਲਸਾ ਕਲੱਬ ਵਾਲੇ ਮੁੰਡੇ ਦੇ ਵਧੀਆ ਪ੍ਰਦਰਸ਼ਨ ਕਰਦੇ ਆ ਪ੍ਰਬੰਧਕ ਵੀ ਕਹਿ ਰਹੇ ਨੇ ਵੀ 1000 ਦੀ ਨਗਦ ਰਾਸ਼ੀ ਵੀ ਦੇਵਾਂਗੇ ਔਰ ਇੱਕ ਵਧੀਆ ਟਰਾਫੀ ਦੇ ਨਾਲ ਸਨਮਾਨ ਕੀਤਾ ਜਾਵੇਗਾ ਮੁੰਡਿਆਂ ਦਾ ਖਾਲਸਾ ਕਲੱਬ ਵਾਲੇ ਮੁੰਡੇ ਆ ਗਏ ਨੇ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਮੁੰਡੇ ਪਹਿਲਾਂ ਪੜ੍ਹਨ ਗਏ ਸੀ ਕਹਿੰਦੇ ਬਾਈ ਦੀਵਾਲੀ ਦਾ ਕਰਕੇ ਥੋੜਾ ਲੇਟ ਹੋ ਗਿਆ ਸੀ ਇੱਥੇ ਪ੍ਰੋਗਰਾਮ ਸੀਗੇ ਔਰ ਕਰ ਲਓ ਸ਼ੁਰੂ ਮੈਚ ਮੇਰਾ ਵੀਰ ਖੰਜਰਾਂ ਲਈ ਮੁੰਡੇ ਕਿੱਥੇ ਆ ਜੀ ਗੱਗੀ ਵੱਡੇ ਵੀਰ ਕਰਾਓ ਮੈਚ ਦੋਨੋਂ ਟੀਮਾਂ ਆ ਗਈਆਂ ਨੇ ਗਰਾਊਂਡ 'ਚ ਔਰ ਕਮੇਟੀ ਵਾਲੇ ਵੀਰ ਕਹਿੰਦੇ ਵੀ ਛੋਟੇ ਵੀਰ ਆਪਣੇ ਆਪਾਂ ਮਾਨ ਸਨਮਾਨ ਜ਼ਰੂਰ ਕਰਕੇ ਤੋਰਾਂਗੇ ਮੁੰਡਿਆਂ ਦਾ ਕਰ ਵੀ ਮੈਚ ਸ਼ੁਰੂ ਆਪਾਂ ਗੁਜਰਾਲ ਦੀ ਟੀਮ ਦਾ ਰੈਫਰੀ ਕੋਈ ਆ ਗਿਆ ਜੀ ਆਓ ਜੀ ਗੁਰਦੀਪ ਗਿੱਲ ਮੇਜਰ ਧਨੂਰ ਕਲੱਬ ਫਿਰੋਜ਼ਸ਼ਾਹ ਦੀ ਬੀ ਟੀਮ ਤੇ ਪੰਜੇਟਾ ਸੁੱਖ ਤਿੰਨ ਨੰਬਰ ਗਰਾਊਂਡ ਦੇ ਵਿੱਚ ਆਓ ਟੀਮਾਂ ਦੀ ਗਰਾਊਂਡ ਵਿਹਲਾ ਹੋ ਗਿਆ ਆਪਣੇ ਕੋਲ ਤਿੰਨ ਨੰਬਰ ਗਰਾਊਂਡ ਤੇ ਟੀਮਾਂ ਆ ਜਾਣ ਜਲਦੀ ਦੇ ਨਾਲ ਮੈਂ ਬੇਨਤੀ ਕਰਦਾ ਵੀਰਾਂ ਨੂੰ ਫਿਰੋਜ਼ਸ਼ਾਹ ਬੀ ਤੇ ਪੰਜੇਟਾ ਸੁੱਖ ਤਿੰਨ ਨੰਬਰ ਵਧੀਆ ਵਧੀਆ ਸੁੱਖੀ ਕੀ ਹਾਲ ਹੈ ਵੀਰੇ ਆਇਆ ਵੀਰੇ ਆਇਆ ਸੁੱਖੀ ਮਾਨਸਾ ਗੁਰਮੈਕ ਸਿੱਧੂ ਸੁੱਖੂ ਸ਼ਾਲੂ ਨਾਲੀ ਵੀਰੇ ਗੁਰਮੈਕ ਸੁੱਖੀ ਮਾਨਸਾ ਬਹੁਤ ਬਹੁਤ ਧੰਨਵਾਦ ਲੈ ਵੀ ਆਓ ਮੇਰਾ ਵੀਰ ਬਣ ਕੇ ਕਿਉਂ ਨਹੀਂ ਆ ਰਹੀਆਂ ਟੀਮਾਂ ਜੀ ਪੰਜੇਟਾ ਸੁੱਖ ਦੀ ਟੀਮ ਆ ਗਈ ਵੀਰੇ ਬਹੁਤ ਧੰਨਵਾਦ ਜੀ ਪੰਜੇਟਾ ਸੁੱਖ ਦੀ ਟੀਮ ਆ ਗਈ ਆ ਫਿਰੋਜ਼ਸ਼ਾਹ ਬੀ ਵਾਲੇ ਮੁੰਡੇ ਆਓ ਜਲਦੀ ਦੇ ਨਾਲ ਲੈ ਵੀ ਗੌਰ ਲੱਭੇ ਆਓ ਮੇਰਾ ਵੀਰ ਬਣ ਕੇ ਜਲਦੀ ਗਰਾਊਂਡ ਨੰਬਰ ਅਗਲੇ ਮੈਚ ਬਾਲੇ ਬੜਾਕੇ ਬਣੇ ਪਾਣੀ ਛਿੜਕਦਾ ਤਕੜਾ ਮੈਚ ਲੱਗਣਾ ਹੈਗਾ ਲੈ ਵੀ ਟੈਂਕੀ ਲੈਣ ਗਿਆ ਮੁੰਡਾ ਮੇਰਾ ਵੀਰ ਉਹਨਾਂ ਟਾਈਮ ਖੇਡ ਲਓ ਮੈਚ ਮੇਰਾ ਵੀਰ ਬਣ ਕੇ ਬਹੁਤ ਪਟਾਕੇ ਪੈਣੇ ਉਹ ਬੱਲੇ ਮਿੱਠੂ ਸੰਗੋਲੀਆ ਆ ਸੰਗੋਲੀਆ ਮਿੱਠੂ ਹੈ ਕਰਾ ਦੇ ਮੈਚ ਨੂੰ ਜਲਦੀ ਨਾ ਜੇ ਆਪਣੇ ਮੈਚ ਸਮੇਂ ਨਾਲ ਸ਼ੁਰੂ ਹੋ ਗਏ ਤੇ ਸਮੇਂ ਨਾਲ ਸਾਲਤ ਕਰਾਂਗੇ ਫੇਰ ਹੀ ਫਾਇਦਾ ਨਾਲ ਹੀ ਵੀਰੇ ਜਿਹੜੀ ਟੀਮ ਜਿੱਤਦੀ ਹੈ ਗਰਾਊਂਡ ਨੰਬਰ 1 ਦੇ ਵਿੱਚ ਹਰ ਮੁੰਡਾਰਾ ਰੋਕੀ ਰਹੇਗੀ ਉਹਦਾ ਮੈਚ ਗਿੱਲ ਦੀ ਟੀਮ ਨਾਲ ਤੋਂ ਬਾਅਦ ਜਿਹੜੀ ਟੀਮ 1 ਨੰਬਰ ਗਰਾਊਂਡ 'ਚੋਂ ਹੁਣ ਜਿੱਤੇਗੀ ਉਹਦਾ ਮੈਚ ਗਿੱਲ ਦੀ ਬੀ ਟੀਮ ਦੇ ਨਾਲ ਹੈ ਇਹ ਟੀਮਾਂ ਦੇ ਖਿਡਾਰੀ ਕਿਰਪਾ ਕਰਕੇ ਤਿਆਰ ਦਾ ਤਿਆਰ ਰਹਿਣਗੇ ਆਓ ਜਲਦੀ ਜੀ ਤਿੰਨ ਤੇ ਕਰਦਾ ਸ਼ੂਟਿੰਗ ਵਾਲੀਬਾਲ ਦੇ ਆਸ਼ਕ ਪੇਜ ਤੇ ਬਈ ਗੁਰਮੈਖ ਜੀ ਬਈ ਜਿਹਨਾਂ ਜਿਹਨਾਂ ਨੇ ਕਿਸਮਤ ਜਵਾਉਣੀ ਆ 50 ਰੁਪਏ ਚ ਰੇਂਜਰ ਸਾਈਕਲ ਤੇ ਨਾਲ ਦੂਜਾ ਨਾਲ ਡਿਨਰ ਸੈੱਟ ਆ ਤੇ ਤੀਜਾ ਪ੍ਰਾਈਜ਼ ਆ ਜਿਹੜਾ ਉਹ ਪ੍ਰੈਸ ਦਿੱਤਾ ਜਾਣਾ ਵਾਹ ਜੀ ਵਾਹ ਤਲਵੰਡੀ ਵਾਲਾ ਕਹਿੰਦਾ ਜੀ ਆਪਾਂ ਨੂੰ ਸਾਈਕਲ ਨਿਕਲ ਆਇਆ ਤੇ ਆਪਾਂ ਚਾਹ ਚਾਹ ਦੀ ਸਾਈਕਲ ਸਿੱਧਾ ਇੱਥੋਂ ਪਿੰਡ ਨੂੰ ਵੇਚ ਦੇਣਾ ਬੇਨਤੀ ਆ ਬਈ ਮੇਰੀ ਮਾਨਸ ਆਨੰਦ ਵਧੀਆ ਵਧੀਆ ਵੀਰੇ ਟੀਮਾਂ ਸਾਥ ਦਿਓ ਬਈ ਜੀ ਫਿਰੋਜ਼ਸ਼ਾਹ ਦੀ ਬੀ ਟੀਮਾਂ ਲੱਭੇ ਰਹਿੰਦੇ ਪਲੇਅਰਾਂ ਨੂੰ ਵਾਰ ਮਾਰ ਲਈ ਮੇਰਾ ਵੀਰ ਪਾਣੀ ਬਈ ਮੁੰਡਾ ਟੈਂਕੀ ਲੈਣ ਗਿਆ ਜੀ ਵਧੀਆ ਵਧੀਆ ਬੱਬੂ ਇੱਕ ਮਿੰਟ ਫਿਰ ਨੂੰ ਬੁਲਵਾ ਕੇ ਰੋਸ਼ਨੀ ਆ ਜੀ ਠੀਕ ਠਾਕ ਵੀਰੇ ਹੈਪੀ ਕਰਾ ਦੇ ਮੈਚ ਸ਼ੁਰੂ ਮੇਰਾ ਬਈ ਮਾਰ ਦੱਸਣ ਆ ਗਿਆ ਦੋਵੇਂ ਟੀਮਾਂ ਵਧੀਆ ਵਧੀਆ ਬੱਬੂ ਬਲੈਕ ਬਲੈਕ ਬਿਊਟੀ
ਪਤਾ ਲੱਗ ਗਿਆ ਨਾ ਬੋਟਾ ਟੈਂਕੀ ਲੈਣ ਗਿਆ ਜੀ ਪਾਣੀ ਵਾਲੀ ਵਧੀਆ ਵਧੀਆ ਬੱਬੂ ਠੀਕ ਹੈ ਵੀਰ ਚਲੋ ਆਈਪੀਐਸ ਦੀ ਵਧੀਆ 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 ਬਹੁਤ ਬਹੁਤ ਧੰਨਵਾਦ ਅਗਲੇ ਮੈਚ ਦੇ ਤਾਂ ਕਹਿਣੇ ਕੀ ਆ ਯਾਰ ਕਿਆ ਮੈਚ ਲੱਗਣਾ ਬਹੁਤ ਟੌਪ ਦਾ ਮੈਚ ਲੱਗਣਾ ਬਹੁਤ ਟੌਪ ਦਾ ਮੈਚ ਲੱਗਣਾ ਹੈਪੀ ਮੈਚ ਗਾਣੀ ਸ਼ੁਰੂ ਹੋਇਆ ਬਈ ਹੈਪੀ ਦੱਸੋ ਜੀ ਕਰਾ ਮੈਚ ਸ਼ੁਰੂ ਮੇਰਾ ਵੀਰ ਸੁੱਖੀ ਮਾਨਸਾ ਓਕੇ ਓਕੇ ਸੁੱਖੀ ਗੁੱਡ ਗੁੱਡ ਜ਼ਰੂਰ ਵੀਰੇ ਮਾਨਸਾ ਵਾਲਾ ਸੁੱਖੀ ਲਾਈਵ ਉੱਧਰ ਭਰਾ ਸਾਡਾ ਲਾਵੀ ਬਈ 2 ਨੰਬਰ ਗਰਾਊਂਡ ਦੇ ਲਾਗੇ ਲੱਗ ਰਹੀ ਬੇਨਤੀ ਹੈ ਮੇਰੀ ਆਦਮਪੁਰਾ ਮੋਣਾ ਆਦਮਪੁਰਾ ਮੋਣਾ ਤੇ ਨਾਲ ਦੀਪ ਸਿੰਘ ਵਾਲਾ ਦੀਪ ਸਿੰਘ ਵਾਲਾ ਬਾਲੀ ਤਗੜੀ ਟੱਕਰ ਇੱਥੇ ਜਾਣਾ ਅੱਜ ਕੱਲ੍ਹ 1 ਨੰਬਰ ਗਰਾਊਂਡ ਦੇ ਲਾਗੇ ਬਈ ਦੀ ਗੱਲਾਂ ਦੀ ਬੀਤੀ ਬਣਾਈ ਸੁਰਿੰਦਰ ਕੁਮਾਰ ਸਰਸਾ ਹਾਂਜੀ ਹਾਂਜੀ ਆਸ਼ੂ ਧਾਲੀਵਾਲ ਅਗਲਾ ਮੈਚ ਹੈ ਵੀਰੇ ਆਦਮਪੁਰੇ ਦਾ ਲਾਡੀ ਧਾਲੀਵਾਲ ਅਗਲਾ ਦੀਪ ਸਿੰਘ ਵਾਲੇ ਖਾਲਾ ਕਹਿੰਦੇ ਕਰੋ ਦਾਸ ਮੇਰਾ ਵੀਰ ਬਣ ਕੇ ਜਲਦੀ ਦੇ ਨਾਲ ਦੋਨੋਂ ਟੀਮ ਆ ਗਏ ਨੇ ਪਜੇਟਾ ਸੁੱਖ ਦੀ ਟੀਮ ਵੀ ਆ ਗਈ ਹੈ ਔਰ ਫਿਰੋਜ਼ ਸ਼ਾਹ ਬੀਰ ਦੀ ਟੀਮ ਵੀ ਆ ਗਈ ਜਲਦੀ ਦੇ ਨਾਲ ਟਾਸ ਕਰਕੇ ਮੈਚ ਪਾ ਸ਼ੁਰੂ ਕਰਾ ਦਈਏ 3 ਨੰਬਰ ਗਰਾਊਂਡ ਅਗਲੇ ਮੈਚ ਵੀ ਨੋਟ ਕਰਨਗੇ ਟੀਮਾਂ ਦੀ ਜਿਹੜੀ ਟੀਮ ਜਿੱਤ ਗਈ ਗਰਾਊਂਡ ਨੰਬਰ 1 ਦੇ ਵਿੱਚੋਂ ਉਹਨਾਂ ਦਾ ਮੈਚ ਵੀਰੇ ਖੇਡਿਆ ਜਾਵੇਗਾ ਇਸ ਤੋਂ ਮੈਚ ਸਿੱਧੂ ਫਿਰੋਜ਼ ਸ਼ਾਹ ਬੀਰ ਦਾ ਉੱਧਰ ਚੱਲੂਗਾ ਵੀਰੇ 3 ਨੰਬਰ ਤੇ ਔਰ 2 ਨੰਬਰ ਅਗਲਾ ਸਕੋਰ ਵੀਰੇ ਦੱਸਦੇ ਆ ਦੀਪ ਸਿੰਘ ਵਾਲਾ 3 ਨੰਬਰ ਗਰਾਊਂਡ ਵਿੱਚ ਦਵਿੰਦਰ ਬਰਾੜ ਕਲੱਬ ਜੀ ਉਸੇ ਭਣਿਆਰੀ ਦਾ ਮੈਚ ਖੇਡਿਆ ਜਾਵੇਗਾ ਵੀਰੇ ਗੁਜਰਵਾਲ ਦੀ ਟੀਮ ਦੇ ਨਾਲ ਔਰ ਚੁੱਕਿਆਂ ਦਾ ਮੈਚ ਆ ਭੱਟੀਆਂ ਦੀ ਟੀਮ ਦੇ ਨਾਲ ਬਾਬਾ ਦੀਪ ਸਿੰਘ ਕਲੱਬ ਦੀ ਟੀਮ ਇਸ ਤੋਂ ਬਾਅਦ ਕਿਰਪਾ ਕਰਕੇ ਖਿਡਾਰੀ ਵੀਰ 4 ਨੰਬਰ ਗਰਾਊਂਡ ਦੇ ਵਿੱਚ ਆ ਜਾਣ ਉਸ ਤੋਂ ਬਾਅਦ ਅਗਲੇ ਰਾਊਂਡ ਦੀਆਂ ਲੜਾਈਆਂ ਕੱਢੀਆਂ ਜਾਣਗੀਆਂ ਜੀ ਬੜੇ ਤਗੜੇ ਮੈਚ ਜਿਹੜੇ ਖੇਡੇ ਜਾ ਰਹੇ ਨੇ ਔਰ ਇੱਧਰ ਖਾਲਸਾ ਕਲੱਬ ਦੀ ਟੀਮ ਮੁੰਡੇ ਨਵੇਂ ਆ ਤੇ ਬਾਈ ਯਾਰ ਜਿੰਨੇ ਕੁ ਜਾਣੇ ਖੜੇ ਹੋ 1 ਨੰਬਰ ਗਰਾਊਂਡ ਦੇ ਇੱਕ ਵਾਰੀ ਤਾੜੀ ਮਾਰੋ ਯਾਰ ਖਾਲਸਾ ਕਲੱਬ ਦੀ ਟੀਮ ਦੇ ਲਈ ਹੈ ਬੜਾ ਵੱਡਾ ਹੌਸਲਾ ਚਾਹੀਦਾ ਇੰਨੇ ਵੱਡੇ ਵੱਡੇ ਖਿਡਾਰੀਆਂ ਦੇ ਨਾਲ ਮੈਚ ਲਾਉਣ ਦੇ ਲਈ ਹੈ ਔਰ ਇਹਨਾਂ ਨੂੰ ਦੱਸਿਆ ਵੀ ਮੈਚ ਤੁਹਾਡਾ ਭਣਿਆਰੀ ਬਾਗੜੀ ਦੀ ਟੀਮ ਦੇ ਨਾਲ ਹੈ ਕਹਿੰਦੇ ਬਾਈ ਖੇਡਣ ਆਏ ਆ ਸ਼ੂਟਿੰਗ ਵਾਲੀਬਾਲ ਦੇ ਆਸ਼ਿਕ ਅਗਰ ਮਹਿਕ ਇੱਕ ਵਾਰੀ ਮੈਚ ਜ਼ਰੂਰ ਲਵਾਓ ਸ਼ੂਟਿੰਗ ਵਾਲੀਬਾਲ ਦੇ ਆਸ਼ਿਕ ਵੱਡਾ ਹੌਸਲਾ ਕਰਕੇ ਮੁੰਡੇ ਆਏ ਆ ਗਰਾਊਂਡ ਦੇ ਵਿੱਚ ਔਰ ਨਾਲ ਬਾਉ ਖੇਡ ਰਿਹਾ ਸ਼ੇਪੂਰੀਆ ਦਾ ਮੁੰਡਾ ਇੱਕ ਵਧੀਆ ਟੀਮ ਜਿਹੜੀ ਬਣੀ ਆਉਣ ਵਾਲੇ ਟਾਈਮ ਦੇ ਖਿਡਾਰੀ ਆ ਸਟਾਰ ਬਣ ਜਾਣਗੇ ਜੇ ਕਦੇ ਉਸੇ ਤਰ੍ਹਾਂ ਮਿਹਨਤ ਕਰਦੇ ਹੋਏ ਮੈਚ ਟੌਪ ਦਾ ਔਰ ਬੜਾ ਵਧੀਆ ਪ੍ਰਦਰਸ਼ਨ ਮੁੰਡੇ ਕਰ ਰਹੇ ਆ ਆ 2 ਨੰਬਰ ਹੀ ਅਪਰਦੀਪ ਰਾਣਾ ਦੇ ਜਦੋਂ ਸ਼ੁਰੂ ਮੈਚ 2 ਨੰਬਰ ਹੀ ਆ ਪ੍ਰਦੀਪ ਬਰਾੜ ਹਾਂਜੀ ਹਾਂਜੀ ਵੀਰੇ
2 ਨੰਬਰ 2 ਨੰਬਰ ਗੱਗੂ ਡੱਲਾ ਬਿਲਕੁਲ ਬਿਲਕੁਲ ਗੱਗੂ ਡੱਲਾ ਲੱਗਣੀਆਂ ਵੱਡੀਆਂ ਰੌਣਕਾਂ ਸੁਖਰਿਆਲ ਵਧੀਆ ਵਧੀਆ ਵੀਰੇ ਸੁਖੂ ਆਇਆ ਵੀਰੇ ਗੱਗੂ ਡੱਲਾ ਹਾਂ ਬਿਲਕੁਲ ਲੱਗਣੀਆਂ ਰੌਣਕਾਂ ਡੇਟ ਫਾਈਨਲ ਕਰ ਦਈਏ ਨਹੀਂ ਗੱਗੂ 50 ਰੁਪਏ ਦੀ ਪਰਚੀ ਹੈ ਓਏ ਇੱਕ ਡਿਨਰ ਸੈੱਟ ਤੇ ਪ੍ਰੈਸ ਇਹ ਜਿਹੜੇ ਪ੍ਰਾਈਜ਼ ਕੱਢੇ ਜਾਣਗੇ ਅੱਜ ਔਰ ਨਾਲ ਹੀ ਜੇਕਰ ਕਿਸੇ ਭਰਾ ਨੇ ਜੁਗਿਆਣੇ ਵਾਲੇ ਵੀਰਾਂ ਤੋਂ ਇਹ ਪਰਚੀ ਪਾਉਣੀ ਹੋਵੇ 99 ਰੁਪਏ ਦੀ ਪਰਚੀ ਹੈ ਔਰ ਵੀਰ ਸਾਡੇ ਕਹਿੰਦੇ ਕੱਲ ਨੂੰ ਆਪਾਂ ਲਾਈਵ ਸਾਰਾ ਜਿਹੜਾ ਉਹ ਰਿਜ਼ਲਟ ਦਿਖਾ ਦਿਆਂਗੇ ਵੱਡੇ ਪ੍ਰਾਈਜ਼ ਰੱਖੇ ਹੋਏ ਆ ਜਾ ਕੇ ਜੁਗਿਆਣੇ ਵਾਲੇ ਵੀਰਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ ਆਪਣੀ ਕਿਸਮਤ ਅਜਮਾ ਸਕਦੇ ਹੋ ਜੀ ਫਰੋਸ਼ਾ ਆਏ ਆ ਵੀਰੇ ਆਏ ਆ ਫਰੋਸ਼ਾ ਬੀ ਵਾਲੇ ਖੇਡਿਆ ਜਾਣਾ ਹੈ ਲਾਵੀ ਆਓ ਜੀ ਇਧਰ ਮੈਚ 3 ਨੰਬਰ ਗਰਾਊਂਡ ਤੇ ਵੀ ਬੜਾ ਟਾਪ ਦਾ ਖੇਡਿਆ ਜਾ ਰਿਹਾ ਸਾਹਮਣੇ ਚੰਦ ਬਾਧੇ ਵਾਲੇ ਬਾਬਾ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਜਿਹੜੇ ਜਿਹੜੇ ਭਰਾ ਲਾਈਵ ਤੇ ਹੋ ਖੇਡਦਾ ਚੰਦ ਜਲਦੀਆਂ ਕਰਾਈਆਂ ਦਾ ਧੰਨਵਾਦ ਆਸ਼ਾ ਝਲੂਰ ਵਾਲਾ ਅੱਜ ਕਹਿੰਦੇ ਦੋ ਖਿਡਾਰੀ ਦੁਨੀਆਂ ਦੇ ਵੱਡੇ ਮੱਲ ਫਰੋਸ਼ਾ ਦੀ ਵੀ ਟੀਮ ਲਈ ਖੇਡ ਰਹੇ ਨੇ ਇੱਕ ਪਾਸੇ ਰੂਪਾ ਬੰਟੂ ਵਰਗੇ ਲੱਭੇ ਵਰਗੇ ਇੱਕ ਟਾਪ ਦੀ ਟੀਮ ਤਿਆਰ ਕਰਕੇ ਲੈ ਕੇ ਆਏ ਨੇ ਫਰੋਸ਼ਾ ਨੇ ਕਹਿੰਦੇ ਗਾਰਬ ਦੇ ਵੱਡੇ ਚਰਚੇ ਹੈ ਪਹਿਲੇ ਪਾਸੇ ਟੀਮ ਜਿਹੜੀ ਗਈ ਚੱਲੀ ਹੈ ਪੰਜੇਟਾ ਸੁੱਖ ਦੀ ਟੀਮ ਹੈ ਅੱਜ ਫਰੀਕਿਆਂ ਵਾਲਾ ਰੌਣਕ ਸੱਭਿਆ ਮੁੰਡਿਆਂ ਨੇ ਨਾਲ ਪਿੰਡਾਂ ਗੋਪੀ ਦਾ ਇੱਕ ਵਧੀਆ ਟੀਮ ਜਿਹੜੀ ਬਣ ਕੇ ਆਈ ਆਪਣੇ ਕੋਲ ਔਰ ਸਾਹਮਣੇ ਮੈਂ ਤਗੜਾ ਵੀ ਪੰਮਾ ਦੀ ਸਰਵਿਸ ਕਰਨ ਦੇ ਲਈ ਤਿਆਰ ਪਰ ਤਿਆਰ ਹੈ ਇੱਕ ਪਾਸੇ ਸੁੱਖ ਹੈ ਸੈਂਟਰ ਚ ਕਮਲ ਖੇਡਦਾ ਇਹਨਾਂ ਪਿੰਡਾਂ ਦਾ ਮਾਣ ਹੈ ਸਾਡਾ ਵੱਡਾ ਵੀਰ ਬੜੇ ਲੰਬੇ ਟਾਈਮ ਦੇ ਇਹਨਾਂ ਗਰਾਊਂਡਾਂ ਦੇ ਨਾਲ ਜੁੜਿਆ ਹੈ ਬੜਾ ਪੁਰਾਣਾ ਤੇ ਬੜਾ ਸੁਲਝਿਆ ਹੋਇਆ ਖਿਡਾਰੀ ਹੈ ਮੈਚ ਤਗੜਾ ਵੀ ਗੱਡਿਆਂ ਵਿੱਚ ਚਾਲੂ ਨੈਟ ਪਈਆਂ ਨੇ ਦੋ ਵੰਡੀਆਂ ਆਓ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਕਿ ਟੀਮਾਂ ਦੋਨੋਂ ਚੰਗੀਆਂ ਤੇ ਕੌਣ ਮਾਰੂ ਸ਼ਾਟਾਂ ਕੌਣ ਕਰੂਗਾ ਡਿਫੈਂਸ ਹੁਣ ਡਿੱਗ ਡਿੱਗ ਗਏ ਹੈ ਆਓ ਜੀਵਿਆਂ ਗੁੱਟਾਂ ਦੇ ਵਿੱਚ ਜੋਰ ਮਿੱਤਰੋ ਹੋ ਵੀ ਉਹਨੇ 11 ਜਿੱਤ ਗਏ ਆ ਜੀਵਿਆਂ ਗੁੱਟਾਂ ਦੇ ਵਿੱਚ ਜੋਰ ਮਿੱਤਰੋ ਬਈ ਉਹਨੇ 11 ਜਿੱਤ ਗਏ ਆ ਮੈਂ ਵੀ ਭਾਵੇਂ ਗੱਲਾਂ ਬਾਤਾਂ ਟਿਕਾਣੇ ਮੇਰੇ ਮਿੱਤਰਾਂ ਮੁੰਡੇ ਕਹਿੰਦੇ ਜੋਰ ਆਓ ਪੂਰਾ ਲਾਈ ਹੋਵੇ ਖੇਡ ਦੇ ਮੈਦਾਨ ਦੇ ਵਿੱਚ ਉੱਡੀਏ ਢੋਲ ਆਓ ਬੱਲੇ 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 ਝਲੂਰ ਵਾਲਾ ਵੱਡੀ ਗਲਤੀ ਕਰ ਗਿਆ ਤੇ ਬਿਣਦੀ ਆ ਬਾਈ ਦੀ ਗਿੱਲਾਂ ਦੀ ਬੀ ਟੀਮ ਗਿੱਲਾਂ ਦੀ ਬੀ ਟੀਮ ਬਾਈ ਦੀ ਇੱਕ ਨੰਬਰ ਗਰਾਊਂਡ ਦੇ ਲਾਗੇ ਲੱਗੋ ਦੀ ਗਿੱਲਾਂ ਦੀ ਬੀ ਟੀਮ ਕਿੰਨੇ ਹੋ ਗਏ 5-13 ਭਾਰਤ ਪੰਨੂ ਆਇਆ ਵੀਰੇ ਆਇਆ ਸਿੱਧੂ ਦਾ ਅਗਲਾ ਮੈਚ ਹੈ ਦੀਪ ਸਿੰਘ ਵਾਲੇ ਨਾਲ ਬਹੁਤ ਤਕੜਾ ਮੈਚ ਲੱਗਣਾ ਐਂਡ ਲੱਗਣਾ ਝੂਟੀ ਤੱਕ ਮੈਚ ਲੱਗਣਾ ਬਾਲਟੀਆਂ ਵਾਲੀ ਪਾਣੀ
ਬੁਲਾ ਲਿਆ ਭਰਾਵਾਂ ਨੇ, ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਟੈਂਕੀ ਭਰਨੋਂ ਦੇ ਟਾਈਮ ਲੱਗ ਹੀ ਜਾਣਾ। ਜ਼ਿਆਦੇ ਮਛਾਣਾ ਵਧੀਆ ਵਧੀਆ ਪਾਰਸ ਪੰਨੂ, ਥੈਂਕ ਯੂ ਵੀਰੇ। ਉਹ ਆਈ ਪੀ ਐਸ ਵਾਲਾ ਲਾਈਵ ਹੈ ਵੀਰੇ ਉੱਧਰ। ਔਰ ਨਾਲ ਹੀ ਕਮੇਟੀ ਵਾਲੇ ਵੀਰ ਕਹਿ ਰਹੇ ਆ ਵੀ ਮੁੰਡੇ ਖਾਲਸਾ ਕਲੱਬ ਵਾਲੇ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਨੇ। ਇਹਨਾਂ ਮੁੰਡਿਆਂ ਦਾ ਸਨਮਾਨ 1000 ਦੀ ਨਗਦ ਰਾਸ਼ੀ ਔਰ ਇੱਕ ਟਰਾਫੀ ਨਾਲ ਕੀਤਾ ਜਾਵੇਗਾ। ਬਹੁਤ ਬਹੁਤ ਧੰਨਵਾਦ ਮੈਂ ਕਰਦਾ ਕਮੇਟੀ ਵਾਲੇ ਵੀਰਾਂ ਦਾ। ਇੱਕ ਤਾਰੀ ਯਾਰ ਜ਼ੋਰਦਾਰ ਮਾਰਦੇ ਵੀਰਾਂ ਦੇ ਲਈ, ਵੱਡਾ ਮਾਣ ਸਨਮਾਨ ਜਿਹੜਾ ਖਾਲਸਾ ਕਲੱਬ ਵਾਲੇ ਮੁੰਡਿਆਂ ਦਾ ਕੀਤਾ ਜਾਣਾ ਹੈ। ਔਰ ਮੈਂ ਵੱਡਾ ਧੰਨਵਾਦ ਕਰਦਾ ਸਾਡੇ ਕਮੇਟੀ ਵਾਲੇ ਵੀਰਾਂ ਦਾ। ਗਿੱਲ ਬੀ ਵਾਲੇ ਮੁੰਡੇ ਵੀਰੇ ਨੇੜੇ ਆ ਜਾਓ, ਗਰਾਊਂਡ ਨੰਬਰ 1 ਦੇ ਵੀ ਗਿੱਲ ਬੀ ਟੀਮ ਦਾ ਮੈਚ ਹੈ ਗਰਾਊਂਡ ਨੰਬਰ 1 ਦੇ ਵਿੱਚ। ਇਸ ਤੋਂ ਬਾਅਦ ਜੇਤੂ ਟੀਮ ਦੇ ਨਾਲ ਇਹ ਮੁੰਡੇ ਕਿਰਪਾ ਕਰਕੇ ਗਰਾਊਂਡ ਨੰਬਰ ਵੀਰੇ 1 ਦੇ ਨੇੜੇ ਆ ਜਾਣ ਅਗਲਾ ਮੈਚ ਖੇਡਣ ਦੇ ਲਈ। ਦੋ ਨੰਬਰ ਵੀਰੇ ਆਦਮਪੁਰਾ ਮੋਹਣਾ ਤੇ ਦੀਪ ਸਿੰਘ ਵਾਲਾ। ਮਾਨ ਵਾਲੀਆ ਪੀਟਰ ਸਿਆ 3 ਨੰਬਰ ਦਾ ਮੁੰਡਾ ਆਈ ਪੀ ਐਸ ਕਰਦਾ ਵੀਰੇ ਸ਼ੂਟਿੰਗ ਵਾਲੀਬਾਲ ਦੇ ਆਸ਼ਕ ਪੇਜ ਵਾਲਾ ਮੁੰਡਾ। ਵੈਲੀ ਬਾਈ ਇੱਧਰ ਕਿੰਨਾ ਕੁ ਮੈਚ ਬਾਕੀ ਹੈ ਜੀ? ਸਾਈਡਾਂ ਹੋ ਗਈਆਂ 3 ਵਰੇ ਕਿ ਨਹੀਂ? ਠੀਕ ਹੈ ਜੀ। 2 ਨੰਬਰ ਗਰਾਊਂਡ ਦੇ ਵੀਰੇ ਮੈਚ ਨੇੜੇ ਆ ਜੀ, ਟੀਮਾਂ ਆ ਜਾਣ। 2 ਨੰਬਰ ਗਰਾਊਂਡ ਤੇ ਵੀ ਮੈਚ ਨੇੜੇ ਆ ਜੀ, ਮੋਹਣਾ ਤੇ ਦੀਪ ਸਿੰਘ ਵਾਲਾ, ਇਹ ਦੋਵੇਂ ਟੀਮਾਂ ਬਾਈ ਦੀ 2 ਨੰਬਰ ਗਰਾਊਂਡ ਦੇ ਲੈ ਕੇ ਆਉਣਗੀਆਂ। ਬੇਨਤੀ ਹੈ ਜੀ ਆਦਮਪੁਰਾ ਮੋਹਣਾ ਤੇ ਦੀਪ ਸਿੰਘ ਵਾਲਾ। ਹਾਂਜੀ ਹਾਂਜੀ ਵੀਰੇ, ਥੈਂਕ ਯੂ। ਇੱਥੇ ਆਉਣਾ ਵੀਰੇ, ਇੱਥੇ ਆਉਣਾ ਜੈਦੇਵ ਅਗਲਾ ਮੈਚ ਬਾਲੀ ਅੱਗ ਆ ਮੈਚ ਖੰਜਰ ਵਾਲੀ ਅੱਗ ਕਾਲਾ ਖੇਡਦਾ ਦੀਪ ਸਿੰਘ ਵਾਲਾ, ਜਿਹੜੀ ਟੀਮ ਮੁੰਬਾਰੇ ਤੋਂ ਸੈਕਿੰਡ ਰਹੀ ਸੀ ਉਹ ਟੀਮ ਦਾ ਮੈਚ ਹੈ। ਤੇ ਮੈਚ ਕਿਹਦੇ ਵਾਲਾ? ਆਦਮਪੁਰੇ ਵਾਲਾ, ਸਿੱਧੂ ਖੇਡਦਾ ਆਦਮਪੁਰੇ ਚ, ਸਲੀਮ ਸ਼ਾਹ ਵਾਲਾ। 17-7 ਵਾਲ ਮਿਠਵਾਣ ਗੱਲਾਂ ਬਾਤਾਂ ਮੁੰਡੇ ਦੀਆਂ ਤਕਾਰੀਆਂ ਆ ਮੁੰਡਿਆ। 18-8 ਲਾਸਟ ਨੰਬਰ ਆ ਗਿਆ ਸੁਰਿੰਦਰ।
ਬਾਈ ਆਨੰਦਪੁਰਾ ਮੋੜਾ ਤੇ ਦੀਪ ਸਿੰਘ ਦੀਆਂ ਟੀਮਾਂ ਹੋ ਕੇ ਨਾ ਵੀਰੇ ਦੋ ਨੰਬਰ ਗਰਾਊਂਡ ਦੇ ਲੱਗ ਗਏ। ਆਦਮਪੁਰਾ ਮੋੜਾ ਤੇ ਦੀਪ ਸਿੰਘ ਵਾਲਾ ਇਹ ਆਓ ਜੀ ਟੀਮਾਂ ਜਲਦੀ ਨਾ ਦੇਰਦੀ ਹੈ ਮੇਰੀ ਦੋ ਤੇ ਆ ਜਾਓ ਟੀਮਾਂ ਦੀ ਆਦਮਪੁਰਾ ਮੋਹਣਾ ਤੇ ਦੀਪ ਸਿੰਘ ਵਾਲਾ